विहार गाने च गुज्जर सुनने हैं। ए वैसे मैं तुझे गुज्जर बनना तो बहुत ही मुश्किल गल नहीं हूं। सात आठ दिन ना नहाओ गुज्जर तैयार। मुझे फसाने की कोशिश मत करना। मैं तुमसे नहीं फंसूंगा, जाओ। मजा आया जे वे नहीं ते मैं हाले जूंडा दिते नहीं ते मजा कित्थे आउणा। चल जल्दी कर। छेती नहीं होना जूंटा आस्ता आस्ता दिता जाना है। अब ठहर जा तू इधर रह जड़ मैं चौसे चुकन दे। मैं अपनी गल कर पई है तेनू अपनी पई है घुट के बह दे दो मिनट है। चल चल ठहर जा मैं तैयार तो हो जमा ली। चल तू बड़ा गुस्सा करना कि रखी वाला तो नहीं हो। मजा आया जे मजा आवे ना वे असी जो आ गए। मजे की केड़ी गल है बेटे। नहीं तेरी फटी ना तोड़ा ते मेरा मैं तो क्या सी मैं क्या हाथ जोड़ांगा गुजारा हो जाएगा मैनू की पता बिच पत्तो की दी सवारी भी आई। मेरे भरा अल्लाह ताड़ी खैर अल्लाह ताड़ी खैर तुसी हो सारा कुछ। अच्छा जी अच्छा भरा तू साडा वड्डा मरासी जा जा तेनू अवार्ड देता बहुता नहीं बोली दा बंदा बोल बोल कंजर हो जाता क्यों दसदा क्यों नहीं। ए चंगी मैनू डिग्री होर असी ते मैं बना सकदा लगी हां। नहीं नहीं हो सकता बगैरता। तू मेरी इज्जत झूठा ही देता बगैरता। ये मैं झूठा नहीं सी दिता तू पहले ही देता। मैनू झूठा दे लिंदा मैं केड़ा बाद चो तेरा हाथ ढकना सी। बगैरता तेनू किने दसिया के चलदा झूठा पाक हुंदा है। ए तेनू पता नहीं सी लगना ए सूफी साहब ने दसिया मैं तुहानू दसिया। मसीत सीमेंट वेच के आए ने अज कल नहीं इन्हू छेड़ना इन्हों का मसा मसा सीजन लंघ गया खजूर खा खा इन्हों की मत बची पई है। लेकिन तू ये बगैरती की थी मैं तेनू नहीं छड़ांगा। और तू ही बोल पा जंगली बिले रोटी खा खा मत वजी ए दिल ते वेखो यार भैन दे मगर ही पै गई है।
ਤਾਂ ਮੇਰੀ ਭੈਣ ਦਾ ਨਾ ਅੱਛਾ ਇਹਦਾ ਮੂੰਹ ਦਾ ਕੀ ਕੁੜੀ ਵੇ ਤੁਸੀਂ ਆ ਵੇ ਕਸੋਣੀਆਂ ਕੁੜੀਆਂ ਇਹਨਾਂ ਦਾ ਸੋਹਣਾ ਵੀ ਬੜਾ ਸੋਹਣਾ ਲੱਗਦਾ ਇਹ ਸੋਹਣੀਆਂ ਮੁੜਵਾ ਕਿਵੇਂ ਨੇ ਕਿਵੇਂ ਮੁੜ ਐਂ ਕਰਕੇ ਏਸੀ ਦਾ ਬਟਨ ਟਿਕ ਕੀਤਾ ਸੱਚ ਜਾ ਦੋ ਗੱਡੀਆਂ ਇੱਥੇ ਚਾਰ ਗੱਡੀਆਂ ਪਿੱਛੇ ਪੰਜ ਗੱਡੀਆਂ ਇੱਥੇ ਤੇ ਪੜੋਂ ਉੱਤੋਂ ਉੱਠਦੀਆਂ ਬੜਾ ਕਮਾਲ ਨੇ ਆਖੀ ਸਵੀਟੀ ਜ਼ਰਾ ਉੱਠੋ ਸਵੀਟੀ ਜ਼ਰਾ ਉੱਠੋ ਕਿਆ ਬਾਤ ਹੈ ਬਾਬਾ ਹੋਰ ਗੱਲਾਂ ਦੀਆਂ ਗੱਲਾਂ ਸਵੀਟੀ ਉੱਠੀ ਕਮਾਲ ਅਸ਼ਰਫੂ ਬੈਠੀ ਜੇ ਕਰਾਓ ਪੀਤੀ ਪੂਤੀ ਤੇ ਆ ਗਏ ਤੇ ਇਹੋ ਜਿਹੀਆਂ ਔਰਤਾਂ ਕਿਵੇਂ ਉੱਠਦੀਆਂ ਨੇ ਇਧਰ ਆਖੀ ਕੌਸਰੀ ਉੱਠ ਏ ਖੁਸਰੀ ਕੀ ਨਾਂ ਦੱਸਿਆ ਸੀ ਕੌਸਰੀ ਨੀ ਕੌਸਰੀ ਕੌਸਰੀ ਤੇਰਾ ਭਰਾ ਵੀ ਬੋਲਣ ਡੇ ਕੌਸਰੀ ਲੰਮੇ ਪੈ ਰਹੋ ਹਜੇ ਇੱਕ ਬੰਦਾ ਹੋਰ ਆਉਣਾ ਇਹ ਜਿਹੜਾ ਬੰਦਾ ਸੁੱਟੇਗਾ ਉਦੋਂ ਮੁਹੰਮਦ ਕੌਸਰ ਬਣ ਜਾਣਾ ਕੌਸਰੀਏ ਉੱਠ ਕੀ ਹੋਇਆ ਆ ਮਰ ਗਈ ਕੀ ਹੋਇਆ ਮੇਰਾ ਪਾਸਾ ਸੌਂ ਗਿਆ ਜੀ ਆ ਪੜੀਆਂ ਲਿਖੀਆਂ ਜੋਲੀਆਂ ਹਾਂ ਜੀ ਪੜੀਆਂ ਲਿਖੀਆਂ ਜੇ ਹੋਰ ਸ਼ਡਿਊਲ ਹੁੰਦੇ ਨੇ ਇਹਨੇ ਵੇਖੋ ਨਾ ਇਹ ਇਹਦਾ ਬੱਚਾ ਹੋਏਗਾ ਪੜਿਆ ਲਿਖਿਆ ਇਹ ਗੁਫ਼ਤਗੂ ਅੱਛੀ ਕਰਨਗੇ ਦੇਖੋ ਵੀ ਕੀ ਤੁਮ ਬਹੁਤ ਬਦਤਮੀਜ਼ ਹੋਤੇ ਜਾ ਰਹੇ ਹੋ ਮੈਂ ਦੇਖ ਰਹੀ ਹੂੰ ਤੁਮ ਬਿਲਕੁਲ ਮੇਰੀ ਬਾਤ ਨਹੀਂ ਮਾਨਤੇ ਤੁਹਾਡੇ ਪਾਪਾ ਵਾਲੇ ਮੈਂ ਉਨਕੋ ਬਤਾਉਂਗੀ ਤੁਮੇ ਡਾਂਟੇਗੇ ਤੁਹਾਡੇ ਕਾਨ ਖੇਚੇਗੇ ਬੱਚਾ ਵੀ ਓਕੇ ਮਾਮਾ ਸਾਡੀਆਂ ਗਰੀਬਾਂ ਦੀਆਂ ਮਾਵਾਂ ਸ਼ੁਰੂ ਹੀ ਇੱਥੋਂ ਦੀਆਂ ਤੂੰ ਮੇਰਾ ਹੈ ਹੀ ਨਹੀਂ ਗਾਲੀ ਐ ਵੇਖੋ ਪੜੀਆਂ ਲਿਖੀਆਂ ਦੇ ਬੱਚੇ ਪੜੇ ਲਿਖੇ ਆਉਂਦੇ ਨੇ ਉਹ ਕਹਿੰਦੇ ਵਿੱਕੀ ਇੱਧਰ ਆਓ ਹੋਮਵਰਕ ਕੀਆ ਮਾਮਾ ਸੋ ਜਾਓ ਅੱਛਾ ਮਾਮਾ ਬੈਠ ਜਾਓ ਉੱਠੋ ਮਾਮਾ ਆ ਮੇਰਾ ਮੁੰਡਾ ਛੱਤ ਗਿਆ ਮੈਂ ਕਿਹਾ ਥੱਲੇ ਆ ਨਹੀਂ ਆਉਂਦਾ ਓਏ ਮੈਂ ਤੇਰਾ ਪਿਓ ਆ ਇਸ ਗੱਲ ਦਾ ਮੈਂ ਟਾਸ ਕਰ ਲੈਂਦੀ ਹਾਂ ਸਹੀ ਗੱਲ ਹੈ ਮਾਨਾ ਇਹੋ ਜੀ ਪੜੀਆਂ ਲਿਖੀਆਂ ਨੂੰ ਪੁੱਛੋ ਨਾ ਵੀ ਕਹਿਣਾ ਲੈ ਕੇ ਕਹਾਂ ਜਾਣਾ ਮੈਨੂੰ ਨਹੀਂ ਪਤਾ ਮੈਨੇ ਆਵਾਜ਼ ਜਾਣਾ ਮੈਨੇ ਪੀਸੀ ਜਾਣਾ ਕਿਆ ਹੋ ਗਿਆ ਇੱਕ ਨਾ ਹੋ ਗਿਆ ਮੈਨੂੰ ਮੈਕਡੋਨਲ ਹੀ ਨਹੀਂ ਲੈ ਕੇ ਗਏ ਤੇ ਇਹਨਾਂ ਗਰੀਬਣੀਆਂ ਨੂੰ ਜਦੋਂ ਤਿਆਰ ਕਰ ਲਓ ਇਹਨਾਂ ਪੁੱਛੋ ਕਿੱਥੇ ਚਲੀਏ ਆ ਤਾਏ ਦੀ ਕਬਰ ਤਾਂ ਨਾ ਚਲੀਏ ਇਹਨਾਂ ਦੇ ਬੱਚੇ ਸੋਹਣੇ ਸੋਹਣੇ ਇੱਕ ਦੂਜੇ ਦਾ ਕਹਿਣਾ ਮੰਨਦੇ ਨੇ ਛੋਟਾ ਵੱਡੇ ਨੂੰ ਆਉਂਦਾ ਸੁਲਮਾਨ ਭਾਈ ਅੰਦਰ ਨਾ ਜਾਣਾ ਅੰਦਰ ਮਾਮਾ ਪਾਪਾ ਮੀਟਿੰਗ ਕਰਦੇ ਨੇ ਬੱਚੇ ਮੰਡ ਮੁੰਡ ਜਾਂਦੇ ਨੇ ਈ ਬੈਠ ਆ ਮੈਂ ਆਪਣੀ ਬੁੱਢੀ ਨਾਲ ਅੰਦਰ ਗਿਆ ਮੇਰਾ ਵੱਡਾ ਮੁੰਡਾ ਕਰਦਾ ਚਾ ਮੈਂ ਕਿ ਚੱਲ ਜਾ ਸਹੀ ਕਹਿੰਦਾ ਸਹੀ ਕਹਿੰਦਾ ਮੈਂ ਕਿਹਾ ਮਸਤਾ ਜਾ ਜਾ ਕੇ ਵੀ ਪੀਤੀ ਰੋਟੀਆਂ ਖਾ ਲੱਸੀ ਬਣਾ ਆਉਂਦਾ ਪਿਆ ਬਗੈਰ ਤਾਂ ਤੂੰ ਮੇਰੀ ਇੱਜ਼ਤ ਨੂੰ ਛੇੜਿਆ ਮੈਂ ਤੈਨੂੰ ਕਤਲ ਕਰ ਦਿਆਂਗਾ ਪਿੱਛੇ ਹੱਥ ਠਰਕੀ ਕੌਣ ਤੂੰ ਅੱਛਾ ਮੈਂ ਠਰਕੀ ਤੇ ਤੇਰਾ ਵੀ ਬੜਨ ਆਏ ਤੇਰਾ ਬੇਟਾ ਕਰ ਜਾਏ ਮਸੂਮ ਹਰ ਕਿਸਮ ਦਾ ਠਰਕੀ ਵਿੱਚ ਬੈਠਾ ਹੈ ਐਨ ਕਾਲੇ ਠਰਕੀ ਗੰਜੇ ਗੰਜੇ ਠਰਕੀ ਔਰ ਕਲੀਨ ਸ਼ੇਵ ਠਰਕੀ ਵੀ ਨੇ ਉਹ ਕਿਹੋ ਜਿਹੇ ਹੁੰਦੇ ਨੇ ਕਲੀਨ ਸ਼ੇਵ ਠਰਕੀ ਬੜੇ ਤਜਰਬਾਕਾਰ ਹੁੰਦੇ ਇਹ ਠਰਕ ਝਾੜਦੇ ਜੇ ਝੜ ਜਾਏ ਤਾਂ ਠੀਕ ਹੈ ਨਹੀਂ ਤੇ ਆਪ ਚੜਵਾ ਚੜੂ ਅੱਗੇ ਲਿਖ ਜਾਂਦਾ ਡੇਂਜਰਸ ਹੁੰਦੇ ਨੇ ਐਨਕ ਵਾਲੇ ਇਹ ਐਨਕ ਦੇ ਉੱਤੋਂ ਵੀ ਠਰਕ ਝਾੜਦੇ ਐਨਕ ਦੇ ਥੱਲੋਂ ਵੀ ਇਹਨੂੰ ਆਉਂਦੇ ਨੇ ਕੈਮੀਕਲ ਮੂਲ ਸੂਫੀ ਸਾਹਿਬ ਨੂੰ ਕੁਛ ਨਹੀਂ ਕਹਿਣਾ ਇਹ ਸਾਰਿਆਂ ਨੂੰ ਮਨਾ ਕਰਨ ਆਏ ਸਨ ਤੁਹਾਡੇ ਵੱਲ ਧਿਆਨ ਪਿਆ ਵੀ ਇਸੇ ਕੰਮ 'ਚ ਹੀ ਫਸ ਗਏ ਨਾ ਬੇੜਾ ਤਰ ਜਾਏ ਉੱਤੋਂ ਕਹਿੰਦੀ ਹੈ ਠਰਕੀ ਕਿੱਥੇ ਹੱਥ ਲਾਉਣ ਦਿੰਦੀ ਹੋ ਇਹ ਡਰਾਮਾ ਵੇਖਣ ਵਾਲੇ ਸਮਝਦੇ ਨੇ ਡਰਾਮੇ ਵਾਲੇ ਮੁੰਡੇ ਵਾਵਾ ਨਰਗਸ ਨੂੰ ਵੀ ਹੱਥ ਲਾ ਲਿਆ ਖੁਸ਼ਬੂ ਨੂੰ ਵੀ ਇਹਨਾਂ ਨੂੰ ਤੁਸੀਂ ਭਰਾ ਲੱਗਦੇ ਹੋ ਤੁਹਾਨੂੰ ਦਿਲ ਦੀ ਗੱਲ ਦੱਸਦਾ ਉਹ ਬਗੈਰ ਤੋਂ ਜਿਹੜਾ ਝੂਠ ਬੋਲੇ ਟਕੇ ਦਾ ਫਾਇਦਾ ਨਹੀਂ ਜੇ ਇਹਨਾਂ ਕੋਲੋਂ ਸਾਨੂੰ ਚਾਚਾ ਜੀ ਮੈਂ ਸਹੀ ਕਹਿ ਲਿਆ ਗੁਜ਼ਾਰੀ ਸਾਡਾ ਤਾਂ ਭਰਾ ਮਠਿਆਈ ਵਾਲੇ ਵਾਲਾ ਸਾਹਿਬ ਹੈ ਵੇਚ ਸਕਦੇ ਆ ਗਾਹ ਨਹੀਂ ਲੱਗਦੇ ਅੱਛਾ ਇਹੋ ਜਿਹੀ ਔਰਤ ਅੱਛਾ ਇਹੋ ਜਿਹੀ ਔਰਤ ਅਨਾਰ ਗਲੀ ਜਾਂਦੇ ਹੋਵੇ ਨਾ ਪਤਾ ਨਹੀਂ ਅਚਾਨਕ ਟੁੱਟਦੇ ਟੁੱਟਦੇ ਕੀ ਹੁੰਦਾ ਲੱਲਾ ਲਾ ਲੱਲਾ ਲਾ ਬਹੁੜ ਕੇ ਲੈ ਸਵਾਰ
ਲੈ ਕੇ ਆ ਆ ਕੀ ਲਿਆਉਣਾ ਹੈ ਫਿਰ ਦੁੱਧ ਲੈ ਕੇ ਆ ਇਹ ਤੁਹਾਡੇ ਕੋਲ ਕੋਈ ਨਹੀਂ ਅੰਦਰ ਨਹੀਂ ਪਿਆ ਜਾਂ ਸੇਵੀਆਂ ਲੈ ਕੇ ਆ ਲੇਕਿਨ ਇਹ ਦੁੱਧ ਤੇ ਸੇਵੀਆਂ ਕਰਨੀਆਂ ਕੀ ਨਹੀਂ ਅੱਜ ਨਾ ਮੁੰਡੇ ਵਾਲੇ ਮੈਨੂੰ ਵੇਖਣ ਆ ਰਹੇ ਨੇ ਅੱਜ ਮੇਰੀ ਮੰਗਣੀ ਹੈ ਭਰਾਵੋ ਭਰਾਵੋ ਕਿਹੜੇ ਚੱਕਰ ਚ ਕੀ ਮੈਂ ਪਿੰਡ ਦੀ ਇੱਜ਼ਤ ਨਹੀਂ ਇੱਜ਼ਤ ਤੇ ਆਈ ਤੋਂ ਮੈਂ ਪਿੰਡ ਛੱਡਿਆ ਐ ਲੋ ਫੜੋ ਆਪਣਾ ਦੁੱਧ ਆਪ ਲੈ ਆਓ ਜਾਓ ਮੈਂ ਨਾਲ ਦੁੱਧ ਵੀ ਲਿਆ ਮੈਂ ਤੇ ਨਾਲ ਭਰਾ ਵੀ ਬਣਾ ਚੱਲ ਦੁੱਧ ਲੈ ਕੇ ਆ ਜਿੰਨੇ ਦੁੱਧ ਲੈਣਾ ਭਰਾ ਸਮਝ ਲਿਆਉਂਦਾ ਕੋਈ ਹਾਂ ਯਾਰ ਉਹਨੇ ਤੇ ਐਂ ਆ ਰਿਹਾ ਭੋਲਾ ਕਿੱਥੇ ਆ ਦੋ ਤਿੰਨ ਦਿਨ ਤੋਂ ਨਜ਼ਰ ਨਹੀਂ ਆਉਂਦੇ ਆ ਅਰੇ ਭੋਲਾ ਅੰਦਰ ਐ ਸੁੱਤਾ ਪਿਆ ਐ ਆਪਣੀ ਬੁੱਢੀ ਜਿਹੜੀ ਇੰਗਲੈਂਡ ਦੀ ਮੰਗਣੀ ਹੋਈ ਉਹਦੀਆਂ ਖਾਬਾਂ ਵਿੰਦਾਏਗਾ ਕਿ ਕਿਸ ਤਰ੍ਹਾਂ ਦੀ ਹੋਏਗੀ ਯਾਰ ਇੱਕ ਗੱਲ ਤੇ ਮੈਨੂੰ ਦੱਸ ਕੀ ਉਹ ਤੇ ਬਚਪਨ ਦੀ ਕੁੜੀ ਗਈ ਉੱਥੇ ਹਾਂ ਠੀਕ ਹੈ ਉਹ ਤੇ ਅੰਗਰੇਜ਼ ਵੀ ਬਣ ਗਈ ਹੋਣੀ ਹੈ ਸਹੀ ਹੈ ਉਹ ਸਾਡੇ ਇਸ ਭੋਲੇ ਝੱਲੇ ਜੇ ਨਾ ਵਿਆਹ ਕਰੇਗੀ ਕਦੇ ਵੀ ਨਹੀਂ ਕਰੇਗੀ ਬੇਵਕੂਫਾ ਮੈਂ ਐਨਾ ਕਿਤੇ ਮੈਂ ਕਹਿੰਦਾ ਉਹਨੂੰ मुझे पता है 40 अंडे और 20 डबल रखती है और एक कप दूध का रोजे खिलौने जाओ जाके नाश्ता बनाओ जाओ ओके साहब जी तेन सीट तंग है इधर डाले दे आ जा अगे ले पावे ले आ ये डाला है बेगम कहाँ है हमारी बेटी क्या बेटी कहाँ है हमारी वो तो रात का क्लब से नहीं आया ओ बेगम तेन कितनी दफा मना किया कि उन्हें क्लब ना जान दिया कर तुमने कभी मुझे रोका और तुम्हारी बात और है क्यों और तू तो जिथे मर्जी चले जावे तेन वेख के अगले नाचन दे किते मानी ना जाए मानी ना जाए और बेगम वो बेटी हमारी जो मासूम बच्ची है उसको मत जाने दो देखो वो इधर के आजाद माहौल में जमा पाला बड़ा होया जमा पाला इधर ठीक है उसको यहाँ की तालीम जरूर दी है इसको तरबियत अपने पाकिस्तान की देनी है और मैंने अपने गांव लेके जाना है उसकी शादी भी वहां करनी तुम भी यहाँ के चेंज हो गई हो देसी बकरी बुलाती चीका किसे बोला तुमने किसे बोला मैं बदला ले लेना तो ले लो मैं तुम्हारी वाइफ हूँ फिर क्या हुआ ओ यस यस सुनो वो उधर शादा बनाना नहीं मांगता शमी वो कहता हम पिंडा विच नहीं जाएगा की? ਪਿੰਡਾਂ ਵਿੱਚ ਨਹੀਂ ਜਾਏਗਾ ਉਹ ਪਿੰਡਾਂ ਨਹੀਂ ਆ ਪਿੰਡਾਂ ਇਹਨੂੰ ਕਹਿੰਦੇ ਆ ਹੀ ਪਿੰਡਾਂ ਚਲੋ ਉਸ ਕੋ ਪਿੰਡਾਂ ਵਿੱਚ ਭੁੱਖ ਲੱਗੀ ਉਸ ਕੋ ਬੇਵਕੂਫ ਵਿਲੇਜ ਵਿਲੇਜ ਗਾਉ ਮੇ ਓਕੇ ਵਾਈ ਵਿਲੇਜ ਉਹ ਕਹਤਾ ਹਮ ਵਿਲੇਜ ਮੇ ਨਹੀਂ ਜਾਏਗਾ ਉਸਕੀ ਸ਼ਾਦੀ ਵਹਾਂ ਪੇ ਕਰਨੀ ਹੈ ਇਹ ਮੇਰਾ ਆਖਰੀ ਫੈਸਲਾ ਹੈ ਬਸ ਉਹ ਤੇ ਸ਼ਾਦੀ ਨਹੀਂ ਬਣਾਏਗਾ ਵਈ ਤੇ ਸਾਫ ਸੁਥਰੇ ਮਾਹੌਲ ਮੇ ਜਮਾ ਪਾਲਾ ਬੜਾ ਹੁਆ ਹੈ ਉਹ ਕੀ ਸਾਫ ਸੁਥਰਾ ਮਾਹੌਲ ਲੈ ਕੇ ਬੈਠੀ ਹੋ ਬੇਵਕੂਫ ਹੋ ਮੇਰੇ ਭਾਈ ਦਾ ਬੇਟਾ ਹੈ ਮੇਰਾ ਭਤੀਜਾ ਹੈ ਤੂੰ ਮੈਂ ਬਦਲ ਇਤਨਾ ਖੂਬਸੂਰਤ ਮੇਰਾ ਭਤੀਜਾ ਹੈ ਆ ਵੋ ਪਖਾਨੇ ਵੇਚਣ ਵਾਲਾ ਚਲੋ ਚੰਗਾ ਪਖਾਨੇ ਨਾਲ ਲੈ ਕੇ ਆਇਆ ਸੋ ਹੈ ਸ਼ਾਦੀ ਦੇ ਪਖਾਨੇ ਮੇਰੀ ਬਾਤ ਸੁਣੋ ਵੋ ਜੋ ਹੈ ਨਾ ਮੇਰਾ ਭਾਈ ਉਸਕੇ ਮੇਰੇ ਉੱਪਰ ਬੜੇ ਅਹਿਸਾਨਾਤ ਹੈ वो मेरे भाई ने मुझे लंदन आने का टिकट उसने लेके दिया था तो कोई बात नहीं तो मेरे पास पैसा आ गया तो मैं आसान फरामोश हो जाऊं तो उसको पैसा वापस कर देगा नहीं पैसा नहीं वापस करना ये मैंने बचपन में उसको कह दिया था कि मेरी बेटी तुम्हारी है और तुम्हारा बेटा मेरा बेटा बस अच्छा बात सुनो एक काम करो तुम माँ उसे प्यार से समझाओ उसे कहो कि बेटी एक दफा पाकिस्तान चले अगर उसका दिल चाहा अगर उसको वहां का माहौल पसंद आया तो वो वहां शादी कर ले नहीं तो यहाँ लाके उसकी मैं शादी कर दूंगा ओके तुम कहता है तो हम कोशिश करेगा अच्छा या बेगम ना कर अल्लाह दी कसम मैनु अपनी शादी याद आ गई हाय हाय तनु याद है बेगम क्या जिस दिन साड़ी सुहाग रात से हाँ? लोगों ने क्या भी मल्ला वेला करते हो मतलब यार उन्होंने कहा जो बड़ा वड्डा तसादम होना ਜਦੋਂ ਬੇਗਮ ਪਹਿਲੀ ਦਫਾ ਮੈਂ ਤੇਰਾ ਘੁੰਡ ਚੁੱਕਿਆ ਤੂੰ ਕਿਹਾ ਜਾਨੂੰ ਰਹਿਣ ਦਿਓ ਮੈਨੂੰ ਗੈਸ ਹੈ ਦੂਜੇ ਦਿਨ ਫਿਰ ਮੇਰੇ ਕੋ ਨਹੀਂ ਚੁੱਕਿਆ ਗਿਆ
क्यों? उस दिन मैनू सी एक अदात एक तेरी अदा मैं बहुत पसंद आई। कौन सा डार्लिंग? जदों जानू मैं तेनु पहली रात किया के जाने जाना मैनू मुंडा चाहिदा तू बैठ थलों काट के मैनु मुंडा तू किड्डी फास्ट हुंदी सै तेरी किड्डी मशीनरी क्विक सर्विस वो मुंडा नहीं था ओ माय गॉड आराम से खासा करो दिस इज द लाडी वो मुंडा नहीं था प्लास्टिक का गुडा सी ओ चाइना तो भी माल आ रहे हैं ना जानू आज तक कोई मैंने पंजाबी गाना सुना चीका मारी जाए बंदे का ना ना दसी भेरे भोले दी तार आई खड़ी आए तार आ गई मर गई भरा रोन डे बह गए तार आई है पढ़नी है छे यार पढ़नी नहीं आती पढ़नी नहीं आती लख लानत धड़ ते पढ़नी नहीं आती बगैर दे बच्चे पढ़नी नहीं आती कुत्ते दे पुत्तो पढ़नी नहीं आती पढ़ना नहीं आता मैनू भी दसो चाचा जी तू तो इंज पिटे मेरा चाचा तो चाचा नहीं सुन लिखने का लिखता जी
ਤੁਹਾਡੀ ਲਿਖਿਆ ਜੀ ਤੁਹਾਡਾ ਚਾਚਾ ਜੀ ਹਾਂ ਤੇ ਤੁਹਾਡੀ ਚਾਚੀ ਜੀ ਚਾਚੀ ਇੰਜ ਮਰੀ ਉਹ ਬਗੈਰ ਤਾਂ ਗੁੱਸਾ ਕਿਤੇ ਪਸਾ ਹੀ ਨਾ ਦੇਵੀ ਉਹ ਤੇਰੇ ਸਦਕੇ ਜਾਵਾ ਗੁੱਸਾ ਪਸਾ ਰਹੇ ਦੇਵੀ ਏਡਾ ਤੂੰ ਜ਼ੀਰੋ ਮੀਟਰ भाई जिन्ना तुही रोए ना मैनू खलाकी तौर ते खानदान चो कदा बंदा मारना पैना ਲਿਖਿਆ ਤੁਹਾਡੇ ਚਾਚਾ ਜੀ ਤੁਹਾਡੀ ਚਾਚੀ ਤੇ ਉਹਨਾਂ ਦੀ ਧੀ ਕੱਲ 10 ਵਜੇ ਦੀ ਫਲਾਈਟ ਤੋਂ ਪਾਕਿਸਤਾਨ ਆ ਰਹੇ ਨੇ ਇਹ ਮੇਰਾ ਚਾਚਾ ਚਾਚੀ ਤੇ ਮੇਰੀ ਮਗੇਤਰ ਓ ਬੇਬੇ ਓ ਬੇਬੇ ਓ ਬੇਬੇ ਤੈਨੂੰ ਮੁਬਾਰਕਾਂ ਓ ਚਾਚਾ ਚਾਚੀ ਤੇ ਨਾਲੇ ਕੀਆ ਖੰਡਿਆ ਤੈਨੂੰ ਪਤਾ ਤੇਰਾ ਪੁੱਤਰ ਪੋਲਾ ਇਹਦੇ ਕੋ ਕਿੱਥੇ ਦੱਸਿਆ ਜਾਣਾ ਮੈਂ ਦੱਸ ਰਿਹਾ ਓ ਚਾਚ ਜੀ ਪਿਆ ਇਹਦਾ ਚਾਚਾ ਨਹੀਂ ਜਿਹੜਾ ਦਾ ਸਹੁਰਾ ਲੰਘਣ ਵਾਲਾ ਇਹਦਾ ਚਾਚਾ ਇਹਦੀ ਚਾਚੀ ਤੇ ਬਚਪਨ ਦੀਆਂ ਸਾਰੀਆਂ ਗੱਲਾਂ ਹੀ ਭੁੱਲ ਗਈਆਂ ਯਾਦ ਕਰ ਜਦੋਂ ਮੈਂ ਕਮਾਤੇ ਲੈ ਕੇ ਜਾਂਦਾ ਸੀ ਤੂੰ ਭੱਜ ਭੱਜ ਬਾਹਰ ਜਾਣਾ ਮੈਂ ਤੇਰੀ ਬਾਂਹ ਖਿੱਚ ਕੇ ਅੰਦਰ ਕਰਨਾ ਚਾਚੀ ਅਫਸੋਸ ਹੈ ਪੇਂਡੂ ਵਾਲੀਆਂ ਹਰਕਤਾਂ ਝੰਡੀਆਂ ਲਾਓ ਅਸੀਂ ਦੂਰੋਂ ਮਹਿਮਾਨ ਆਉਂਦੇ ਆ ਅਸੀਂ ਤਾਂ ਕੋਈ ਇਸਤਕਬਾਲ ਹੋਣਾ ਚਾਹੀਦਾ ਮੇਰਾ ਚਾਚਾ ਹੋਰ ਕੀ ਕਰੀਏ ਚਾਚੇ ਨੂੰ ਪਤਾ ਲੱਗਣਾ ਚਾਹੀਦਾ ਹਾਂ ਮੇਰਾ ਚਾਚਾ ਚਾਚੀ ਦੇ ਨਾਲ ਉਹਦੀ ਅੱਖ ਤੇ ਸੱਟ ਲੱਗੀ ਸ਼ਿੱਦਿਆ ਓਏ ਇਸਤਕਬਾਲ ਕਰੋ ਚਾਚੇ ਦਾ ਨੂੰ ਪਤਾ ਸ਼ਿੱਦਿਆ ਭੁੱਲਣਾ ਮੈਂ ਤੈਨੂੰ ਭੁੱਲਣ ਨਹੀਂ ਦੇਣਾ ਉਹ ਮੇਰਾ ਚਾਚਾ ਚਾਚੀ ਤੇ ਨਾਲੇ ਜਿਹਨੇ ਤੈਨੂੰ ਦਾਦੀ ਬਣਾਉਣਾ ਸ਼ਰਮਾਨਾ ਪਤਾ ਕਿਉਂ ਵੀ ਨਹੀਂ ਚਾਚੇ ਦਾ ਇਸਤਕਬਾਲ ਕਰੋ ਪੂਰਾ ਪਿੰਡ ਸਜਾਓ ਦੇਗਾਂ ਚੜਾਓ ਇੱਕ ਦੇਗ ਰੱਖ ਕੇ ਉੱਤੇ ਦੇਗਾਂ ਚੜਾਓ ਆਪਣਾ ਟਾਂਗਿਆ ਨੀ ਹੈਗਾ ਠੀਕ ਆ ਉਹ ਲੈ ਕੇ ਸਟੇਸ਼ਨ ਤੇ ਜਾ ਚੈੱਕ ਉਹ ਚਾਚਾ ਚਾਚੀ ਦੇ ਨਾਲੇ ਉਹਨੂੰ ਲੈ ਕੇ ਆ ਯਾਰ ਪਿੰਡੋਂ ਬਾਹਰ ਛੱਡ ਗਿਆ ਮੈਨੂੰ ਪਤਾ ਪਤਾ ਕੋਈ ਨੀ ਮੈਨੂੰ ਦੱਸਦੀ ਨਹੀਂ ਬੇਬੇ ਕਿਵੇਂ ਕੂਣਾ ਕਿਵੇਂ ਨਹੀਂ ਕੂਣਾ ਬੇਬੇ ਉਹ ਮੈਨੂੰ ਤੇਲ ਲਾ ਦੇ ਉਹ ਤੇਲ ਵਾਲਾ ਕਿਤੇ ਨੀ ਮਰਦਾ ਯਾਰ ਇਸ ਮੁਹੱਲੇ ਚ ਰਹਿਣਾ ਮੁਸ਼ਕਿਲ ਹੋ ਗਿਆ ਮੈਂ ਤੇ ਮਾਰੇ ਕੁਛ ਨੀ ਮੈਂ ਵੀ ਕਹਾਂ ਮੈਨੂੰ ਮਹਿਸੂਸ ਕਿਉਂ ਨੀ ਹੋਇਆ ਉਹ ਮੇਰੀ ਜਾਨ ਤੂੰ ਕਿਉਂ ਨੀ ਛੱਡਦਾ ਮੇਰੀ ਜਾਨ ਛੱਡਦਾ ਤੂੰ ਨੌ ਨੰਬਰ
चंगा कीता कपड़ा कोल रखे उदो नहीं लभदा जो दुआ करनी होंगी नहीं लभदा कपड़ा तू जे करनी दुआ तू अपनी उठ बह के दुआ कर नहीं मैं तेरे नाल ही करनी आ इलाका गैर च दुआ करन लगा सीधा हो सालिया तू तो सुलह मारन दिया उधर भी इलाका गैर ही इतने दुआ अपनी कर तू या अल्लाह इनू तो चुक ला तू अपनी दुआ कर मैं अपनी करना जिसल मेरे नाल लगना हल्का लग मजा तो आना होना तेन जो पूरा आवे तो रौला ना पाई अपनी दुआ कर दू ऐ भी रली जाना बेच चाचा गल रसाई या अल्लाह मेरे बच्चे उत्ते दे बच्चे ने ए, मेरी कोई तार तो नहीं नंगी जदो होएगी ना नंगी मैं दसांगा या अल्लाह मेरी बुढ़ी आ जाएगी सवेरे नानके आल गई या अल्लाह मेरी मां ओ ही ते लैन गई है इस तरह कबूल ही नहीं होनी या अल्लाह मेरा प्यो किधर नाम तो नहीं बढ़िया भाई किधर दुआ मानवे लै गया यार यार अल्लाह का वास्ता ही मैं दुआ करना मेरा वीजा लग जाए मैं भी वीजा ही लवाना यार मैं होर उ लवाना मैं दाल लवाना तेरा उ तू खरे कितने जाना वैसे तेरे कान का ना होंगे तेरी टोपी डिग पैनी सी तेरा ध्यान वैसे टोपियां ले रहिंदा यार तू दुआ कर ला साडे दोवां दे वीजे लग जाण असीं बाहर चल जाइए मेरा ते लगना ना वीजा हाँ। तेरे लगनी मोर तेरे लगनी मोर तेरे लगना कामा वड्डे ठप्पे अरे किथे जाना मैं ते जाना इंग्लैंड ओ इंग्लैंड हुंदा ओए ओ चाचा अगरबत्ती जो भी हुंदा मैं जा माशाल्लाह टुर पिया वी नक आ जा टांगिया शीशे खिड़की च तेरा मुंह तुना गे दुआ कर ला जिन्हू पैसे दिते आ जाए साडे कोल वीजे लवा ली तू किधरे चुप हो जावे ते मैं भाई जी मकान तली करना पाजी मकान किराए से ना अल्लाह वाले मेरा मुंह बच गया जे मेरा मुंह ए मुंह तो लगा होंगे तो मेनू बचनी सी ओ पाजी किधर आए हो भाई दरख्तों नंबर लाने वाले पाजी जंगलात दे विच ते नहीं तुसी वो साले इन्ना काम तू घर ही कर लेना सी भाई जी यह परनाला चौंदा यह चौंदा दे दी जगह ते नवा लाउणा भाजी किधर आए हो लाज भाई जान लियो जी भाई जान मेहरबान कदरदार तुहाडे नसीब खुल गए ने मैं ना जी दो मिनट होर ना तू बोलदा तेरा खुन्ना खुल जाना सी घंटा खलोते जहाज से बैठा रहा बाहर जाना चाहिए
ਪੈਂਚਰ ਵੇਖਣਾ ਦੁੱਧ ਸਾਲਾ ਇਸ ਤਰ੍ਹਾਂ ਪੀਂਦੇ ਤੇਰੇ ਟਾਂਕੇ ਖੁੱਲਣ ਲੱਗੇ ਸਵੇਰੇ ਕੁੱਤੇ ਨੇ ਛੱਡਿਆ ਸੀ ਉਹ ਜਦੋਂ ਤੇਰਾ ਧਿਆਨ ਕਰਨ ਨੂੰ ਸੀ ਨਾ ਉਦੋਂ ਮੈਂ ਚੁੱਕ ਕੇ ਲੈ ਆਉਂਦਾ ਸੀ ਨਹੀਂ ਨਹੀਂ ਬਕਵਾਸ ਕਰ ਰਿਹਾ ਨਹੀਂ ਨਹੀਂ ਪੀਓ ਕੋਈ ਫਰਕ ਨਹੀਂ ਤੁਹਾਡੇ 'ਚ ਤੇ ਸਾਡੇ 'ਚ ਕੋਈ ਫਰੂਟ ਵੀ ਲਿਆਓ ਨਾ ਫਰੂਟ ਬੜਾ ਫਰੂਟ ਵੀ ਖਵਾਓ ਭੈਣ ਦੇ ਦਿਨ ਰੱਖਣ ਆਇਆ 24 ਘੰਟੇ ਸਾਡੇ ਕੋਲ ਹੁੰਦਾ ਸੈੱਟ ਪੂਰਾ ਕੀਤਾ ਸੁਪਨੇ ਪਾਤਾ ਇੰਟਰਵਿਊ ਤੋਂ ਭਲਾ ਕੀ ਮਤਲਬ ਹੁੰਦਾ ਦੱਸੋ ਜੀ ਅੱਗੇ ਤੇ ਇੰਜ ਹੋਇਆ ਸੀ ਜਿਵੇਂ ਟੀਪੂ ਸੁਲਤਾਨ ਨੇ ਦੱਸੋ ਜੀ ਸਾਲੀਏ ਮੈਂ ਲੇਲਾ ਜਾਂ ਮੈਂ ਜਾਵਾਂ ਸਵਾਲ ਜਵਾਬ ਕਰੇਗੀ ਸਹੀ ਜਵਾਬ ਦੇਣਗੇ ਤਾਂ ਬਾਹਰ ਦੇ ਮੁਲਕ ਦਾ ਵੀਜ਼ਾ ਲੱਗਣਾ ਅੱਛਾ ਚਾਚਾ ਸਿਆਣ ਮੰਨ ਜਾਣਾ ਟੈਸਟ ਨਹੀਂ ਰਹਿਣ ਦੇ ਵਨ ਡੇ ਲੈ ਲਓ ਇੱਕ ਦਿਨ ਚ ਹੋ ਜਾਂਦਾ ਹੋਰ ਗੱਲ ਨੀ ਗੱਲ ਮਾਫੀ ਛੇਤੀ ਦੇਈ ਜਾਂਦਾ ਸਵਾਲ ਕਰਨੇ ਨੇ ਸਵਾਲ ਸਹੀ ਸਵਾਲ ਕਰਨੇ ਨੇ ਕੱਲ ਪਠਾਣਾ ਦੇ ਦਾਲ ਚੋਰ ਆਉਂਦਾ ਨਿਕਲਿਆ ਮੈਂ ਤੇ ਸੁਣਿਆ ਸੀ ਇਹ ਲੱਕੜਾਂ ਪਾੜਦੇ ਨੇ ਭਾਜੀ ਇਹ ਤੁਸੀਂ ਕੋਈ ਫਾਰਮ ਗਲਤ ਲੈ ਆਏ ਹੋ ਜ਼ਾਤ ਲਗਾਉਣ ਵਾਸਤੇ ਇੰਗਲੈਂਡ ਚੱਲੇ ਸਨ
ਭਾਈ ਡਰਾਮੇ ਦਾ ਨਾਮ ਬਾਂਦਰ ਕਿੱਲਾ ਹੈ ਬਈ ਸਾਡਾ ਵੀਜ਼ਾ ਲੱਗੇ ਨਾ ਲੱਗੇ ਤੇਰਾ ਪੱਕਾ ਹੋਣ ਡਿਆ ਸਹੀ ਸਵਾਲ ਮਾਫ ਕਰ ਦੇਣਾ ਮਾਫ ਕਰ ਦੇਣਾ ਕਰਦਾ ਭਾਈ ਜਿੰਨੇ ਮਰਜ਼ੀ ਮਾਰੋ ਮਾਫੀ ਦੇਈ ਜਾਂਦਾ ਹਾਂਜੀ ਅੱਛਾ ਜੀ ਆਪ ਇਹ ਬਤਾਈਏ ਕਿ ਆਪਨੇ ਕਦੀ ਫਲਾਈ ਕੀਆ ਹੈ ਫਲਾਈ ਕੀ ਹੁੰਦਾ ਜਹਾਜ਼ ਤੇ ਬੈਠੇ ਹੋ ਕਦੀ ਅਸੀਂ ਤੇ ਅਜੇ ਸ਼ਿਦਰਾ ਨਹੀਂ ਟੱਪੇ ਦਾਦ ਆਵਾਜ਼ ਉਹ ਅਸੀਂ ਪਹਿਲੀ ਵਾਰੀ ਚ ਮਾਫ ਕਰ ਇਹ ਭਾਈ ਜੁੱਤੀ ਤੁਹਾਨੂੰ ਲੱਗਦੀ ਹੈ ਨਹੀਂ ਮੈਨੂੰ ਤੇ ਬੜੀ ਲੱਗਣ ਨਹੀਂ ਸਹੀ ਸਵਾਲ ਕਰ ਸਰ ਸਹੀ ਸਵਾਲ ਕਰ ਰਹੀ ਹਾਂ ਕੱਲ ਆਪਣੀ ਜਨਾਨੀ ਨੂੰ ਡੈਵੋ ਤੇ ਲੈ ਕੇ ਚੜਿਆ ਉਹਨੇ ਮਸ਼ੀਨ ਨਾਲ ਤਲਾਸ਼ੀ ਲਈ ਉਹਨੂੰ ਪੁੱਛਦਾ ਕੁੜੀ ਹੋਏਗੀ ਕਿ ਮੁੰਡਾ ਮੈਂ ਜੀ ਇਹ ਘਰੇਲੂ ਫਾਰਮ ਤੇ ਨਹੀਂ ਲੈਂਦਾ ਨਹੀਂ ਨਹੀਂ ਫਾਰਮ ਫਟਾਫਟ ਲਿਖੀ ਜਾਓ ਜੀ ਸਰ ਅੱਛਾ ਆਪ ਸੇ ਸਵਾਲ ਹੈ ਕਿ ਆਪ ਕੋ ਰੰਗ ਕੌਨ ਸਾ ਪਸੰਦ ਰੰਗ ਰੰਗ ਮੈਨੂੰ ਜੀ ਉਡਿਆ ਪਸੰਦ ਆ ਉਡਿਆ ਕਿਹੜਾ ਰੰਗ ਹੁੰਦਾ ਮੈਂ ਜੀ ਤੁਹਾਡੇ ਘਰ ਤੁਹਾਡੀ ਬੀਵੀ ਕੋ ਬੈਠਾ ਹਾਂ ਦੂਰ ਤੋਂ ਆਜੇ ਵੇਖ ਕੇ ਰੰਗ ਉੱਡਣਾ ਹੀ ਆ ਸਹੀ ਸਵਾਲ ਕਰ ਸਰ ਸਹੀ ਸਵਾਲ ਕਰ ਰਹੀ ਹਾਂ ਕੱਲ ਨਹਿਰ ਤੇ ਨਹਾਉਣ ਗਿਆ ਇਹਨੇ ਚੁੱਭੀ ਮਾਰ ਕੇ ਸਿਰ ਕੱਢਿਆ ਸੱਪ ਇਹਨੂੰ ਵੇਖ ਕੇ ਕਹਿੰਦਾ ਓਏ ਸੱਪ ਜੀ ਆਪ ਸੇ ਇਹ ਸਵਾਲ ਹੈ ਮੈਂ ਕਿਹਾ ਕੋਰੀਆ ਦਾ ਫਾਰਮ ਤੇ ਨਹੀਂ ਲੈ ਬੜਾ ਦਿਲਚਸਪ ਸਵਾਲ ਹੈ ਜੀ ਜੀ ਉਸਕਾ ਜਵਾਬ ਵੀ ਆਪਨੇ ਮੈਨੂੰ ਬਹੁਤ ਅੱਛਾ ਦੇਣਾ ਜੀ ਜੀ ਇਹ ਬਤਾਈਏ ਇਸ਼ਕ ਔਰ ਮੁਹੱਬਤ ਮੇਂ ਕਿਆ ਫਰਕ ਭਾਈ ਮੁਹੱਬਤ ਵੋ ਜੋ ਮੈਂ ਆਪਣੀ ਬਹਿਨ ਸੇ ਕਰਤਾ ਹੂੰ ਔਰ ਇਸ਼ਕ ਵੋ ਜੋ ਮੈਂ ਇਸਕੀ ਬਹਿਨ ਸੇ ਕਰਤਾ ਹੂੰ अच्छा जी आपको ये बताना जरूरी कि वहाँ सर्दी बहुत है आपने कुछ गर्म कपड़े वगैरह रखे गर्म कपड़े ऐसे साले आ जिते अभी माफ कर दे करता यार मेरा हाथ रवा होया तू इधर किधर आ गया मैं भी कहा एक छतर रहिंदा कोई आखिरी सवाल करो जी जो लगे कोई भी चीज गरम गरम लो जी मेरी गल सुन लो जिस वेले तुसी जाना वीजा लैन जी सर तुसी टिकट लैन लई लाइन च लगना अच्छा जी पैसे असी ओ पहली मेरी बारी जरूरी तेरे च बड़ा जोर है यार भला क्यों मेरा भी सारा जोर तेरे च मुबारक इंडिया के मुसलमान इंडिया के मुसलमान इंडिया जी डरे फिर अल्लाह मियां की जय हो तेन मिर्गी पी गल करो शरारत आली उंगल
मैं तो सोचे सी ढाई घंटे शरीफ रवांगे लेकिन नहीं भाई डाकू चुक के लै गए। अच्छा डाकू ने मगर दौड़िया मैं डाकू मगर खाली हाथ नहीं चाहिए तो 5 किलो अंब लै गया मैं बकवास की है 4.5 किलो मैं आसा तो आ रहा उन्होंने भैन भी नहीं दी तो जलील भी किया सारे अंब खट्टे निकल आए मैं सुता पिया एडी लंबी जुगत शुरू कर ली बगैर तो गए बकर मंडी तो बकरी लिया अच्छा बकरी की करनी कहने यार कुर्बानी देनी वो मैं बकरा देगा कहो नहीं यार अम्मी का नाम का देना उसे जाके तंग ही ना करे चुप कर गई दो मिनट मैं कहना बोलती नहीं वो कहती ठहर जाओ गिण के लैंड इन्हें अपनी बीवी लैन के घुट चुके हम चला जानू मैं तेरे लिए की लैके आवा वो बंदे की फोटो कट के कहती इनू बुला लिया सारा पैर सारी दिहाड़ी मैनू ही लभदा रहा चलो भाई मेरी तो छोटी फोटो छेती बोल दे मैं देख तेन भी नहीं आया इधर तो वेख ओ फीका मेरे नाल वेख ला ओए ओ मैं जदे कहो तू सुता ही हुन वेख रहा है इधर तो वेख माइया अरगा मुंह ओनिया माइया बहुतियां बुढ़िया हो गए एडियां बेत किलो हो जलियां दोपहरे 12 बजे कमीज ला के मोड़े तरह के गर्मी बहुत आ उन्हें कहा मुंडा कहता ला ला कमीज पा ला नहीं पोतो हुन की लुकाउणा बजरी मेरे एक ने कहा रेत मेरे ये उठा कहते जी केबल मैं लवा दे मौलवी साहब इन्हू कहते बी क्या मौलवी साहब ईद वाले दिन से छड़ दो तेन भी आया मौलवी मैं ही समझते ठहर जा गोते आऊंगे एक बगैर पहले नक्शा चलाता सी एक बंदा मार कहता भाजी अड्डे जाना ये उन्होंने अपने घर लिया लाड़ी भी नहीं लाई वो
खून बड़ा निकलिया। यार असे हासे वाली गल नहीं हैगी, वो सिर मेरा पट आया सी। ते सिर तेरा पट ना सालिया, कंध च थोड़ा वजदा रहा। साला आप कि नमाजी भरेजी बने, मैनू मामे ने शंटा चकाया। चल सेहत दे हिसाब नाल मैं क्या पड़ा इहो जिहे डाकू गुसरे हुंदे लंघदे बंदे नूं पिस्तौल हुंदे ओए परस है। वो कहना नहीं घड़ी है, वो कहना नहीं जगह है। फड़े मुँह तेरा ते किधर है, किधर है? वो जगह है, फड़े हो जगह है तो मारी कमर का। ये हो जब मस्कीन खुसरे सुखी नहर तो छाल मार देंगे, चलो रगड़ा ही सही। ठीक है ये हो जब खुसरे मेले आते ना चलने मूड से तेरे के ऐसे ही नहीं करके। मैं हर साल इस मेले से आनी हाँ, मुर्शदा का मेरे से बड़ा करम आ, तो मुर्शदा निका भरा मेरे से बड़ा गर्म आ। ठीक है यार सानू स्टेशन से ला जा, तेरी मेहरबानी असी जाना वीजे लवाने। असी मैं लग जाना स्टेशन से ते अन्नी दियो मैनू घोड़ा ते ला दियो। ओए कल्ला ही शांता एदे ते बैठे चंगे लगोगे। ओ जा तू असी शांटे ते बहना हुंदा, साडा अपना घर दा हैगा। ਬਕਵਾਸ ਨਾ ਕਰ ਰਹੇ, ਤੇ ਪਹਿਲਾ ਘੋੜਾ ਕਿਧਰ ਗਿਆ? ਉਹ ਘੋੜਾ ਇਹਦਾ ਘੋੜਾ ਉਹ ਘੋੜਾ ਬੰਦਾ ਮੇਰੇ ਘਰ ਚ। ਅੱਛਾ ਫਿਰ ਇਹਨੇ ਸ਼ੱਕ ਦੀ ਬਣਾ ਤੇ ਉਹਨੂੰ ਕਤਲ ਕਰਤਾ। ਲੱਖ ਲਾਲਤ ਉਹ ਭੈਣ ਦੀ ਮਸਹਿਰੀ ਚ ਬਹਿ ਕੇ ਸ਼ਰਾਬ ਪੀਣ ਵਾਲਿਆ। ਸ਼ਨਾਖਤੀ ਕਾਰਡ ਮੈਂ ਭਾਬੀ ਕੋ ਸਿਮ ਲੈਣੀ ਯਾਰ। ਤੂੰ ਤਾਂ ਵੀ ਭਾਬੀ ਨੂੰ ਰੱਦੀ ਮਾਰ ਯਾਰ, ਤੂੰ ਤਾਂ ਮਿਲਣਾ ਸੀ ਭਾਬੀ ਨੂੰ। ਓਏ ਅਸੀਂ ਜਾਣਾ ਇੰਗਲੈਂਡ। ਓਏ ਯਾਰ ਜਾ ਖੈਰ ਨਾ। ਬੇਬੇ ਹੁਣ ਮੈਂ ਗੂੰਦ ਕਦੀਰਾ ਪੀ ਲਾ। हेलो हीरा मंडी अखाला जी, तुहाडा मुंडा चुप नहीं करन डिया। I want to meet Mr. Bhola. Nice to meet you, Mr. Bhola. Actually, I...
I am from England. पूरी दुनिया तेरा नाम मशहूर होया और तू गुजरा दिल का डॉक्टर सी ओते मज गोया करती सी छुरी लेके आ जांदा सी हैप्पी बर्थडे टू यू पिछली सवारी वक्त लग पाया भाई जी जो होना हो गया हम त्रै तुसी देना जी कौन हो पिछला जी अपनी मां गल कर अपनी मां कहना अम्मी अम्मी पांच सैकंड छेती ना दस दो मेरे प्यो का नाम की है हबीब रफीक सलीम है पुत्र उदो को पता लगा 50-50 करा ल ओके मेरा ख्याल है कि तुम बगैर जुगता तो नहीं मनोगे मैंने भी थोड़ी देर मेरा भाई जी एक जुगत कर रहा है समझ नहीं आने इन्होंने ओके इधर आ भाई हाँ जी क्रिकेट का मैच वेख रहा स्टेडियम बह के बॉलर ने गेंद कराई गेंद वाइड हो गई उथे बह के आंडिया ओ विच कर ओए ओ बॉलर ने सुनिया नहीं जो पिछे बैठा से उन्हें सुन लिया डेढ़ घंटा न्यू खां च बैठा रहा बाद चो याद आया तो खाली खां है शलवार पा के फिरी जावे मैं चुप कर जाए इस तरह कुत्ता नहीं पैंदा अपनी बुढ़ी का घुट चुके कहना सोने मैं तेन अपने प्यारे प्यारे बोलों ने कुछ करके वहां करके वहां भी अपनी बुढ़ी का घुट चुके कहते फटे चुक दे सारा फिर चाल चुक लिया जा गया अपनी कुड़ी का घुट चुके कहता जानू मेरे लिए कोई खिदमत हो कहती यह हरकत कर मैं तड़फ जावा इस बगैरत ने किटे से सिगड़ लाता हाँ वेखो ए प्यो बड़ा वाला बेवकूफ है खूह के किनारे खो के सिगड़ पे पीए अंदर के सुटिया सू पैर ना बुझा गया तो वापस नहीं आया ओके Okay, leave this topic. I am not interested in all these bullshits. Okay, mera kam di gal karo. Oh, paan khol chhad yaar kede kam. Oh, Mr. Bhole. Maa baap ho na. Tere liye badi khushi di khabar hai. Eh, paan. Tera father-in-law.
ਤੇਰੀ ਮਦਰ ਇਨ ਲਾ ਐਂਡ ਯੋਰ ਵਾਈਫ ਇਜ਼ ਕਮਿੰਗ। ਓਏ ਇਹ ਕੋ ਨਵੀਆਂ ਖਾਦਾਂ ਲੈ ਕੇ ਆਏ। ਨੋ ਨੋ ਬਹੁਤ ਘੱਟ ਹੋ ਗਿਆ। ਓ ਨੋ ਖਾਦ ਨੋ ਖਾਦ। ਹਾਂ ਤੁਹਾਡਾ ਸਹੁਰਾ, ਤੁਹਾਡੀ ਸਾਸ ਔਰ ਤੁਹਾਡੀ ਬੀਵੀ। ਓ ਮੇਰਾ ਚਾਚਾ ਆ ਗਿਆ। ਓ ਮੇਰਾ ਚਾਚਾ। ਓਕੇ ਓਕੇ। ਓ ਮੇਰਾ ਚਾਚਾ। ਅਰੇ ਬਿਸਮਿਲ੍ਲਾ। मुबारक होवे। होया की कुत्ता। मुबारक होवे सुत्ता। वाकई सुते ने? नहीं लुडो के डंडाए ने। ते दाणा कितना लिया? ए तो सिर नहीं चुक रहा। मेरे हाले पिछले कमरे जा रहे ने। ਵੀ ਬਣਾਤੀ ਬਸ ਓਕੇ ਮੇਰੇ ਲਾ ਕੇ ਬੋਲੇ ਮੇਰੇ ਲਾ ਕੇ ਤੇ ਅੱਗੇ ਬਾਤ ਕਰ ਆਪਣੇ ਚਾਚੇ ਨੂੰ ਬੈਲ ਪੁੱਤ। ਉਹ ਮਾਂ ਚਾਚੇ ਨੂੰ ਘਟਾ ਮਿਲਣਾ ਚਾਚਾ ਦੇ ਸੂਣ ਵਾਲਾ ਕੀ ਬਕਵਾਸ ਹੈ। ਉਹ ਜਾਲੀ ਗੁੱਸਾ ਪਤਾ ਹੋ ਬੇਲ ਵੀ ਦਾ ਚਾਚਾ। ਬਿਸਮਿਲ੍ਲਾ ਆ ਚਾਚਾ। ਉਹ ਸੀਨੇ ਠੰਡ ਪਾਦਾ ਪੁੱਤਰਾ। ਉਹ ਚਾਚਾ ਸੀਨੇ ਠੰਡ ਪਾਵਾਂਗਾ ਦੀਨੇ ਚ ਕਿਵੇਂ ਪਾਵਾਂ। चाचा इतना कुड़ी देना है सू धक्के देना है। खोल के मिलो बहुत दूर है। मिलो चंगा भला सरसों ने भोली कर दी। मैं मेरी अज शहादत है। नो मैम मैम। हेलो मैम। This is not Bhola. Bhola is there, 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 there. Oh, no, 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 no. Lo ji, main zara vaidi da chakkar lo aa gaya. Oh, saaleya, vaidi da chakkar. Eda, apni bakri laake ja. Vaidi, eh dekho, eh dekho. Aam aurat di suhagra da oda banda andaron kundi launda. Eda banda baharon laake daud gaya. Eda. Maha main sakke nahi sa prauna. Eh ta hada pehla kanjar hai. चाची छोरे मां लस्सी ना सिर तो ताई। What लसा? ओह लस्सी लस्सी पिंड दा शान। लस्सी लस्सी सिर लस्सी ना धो लिया उतो दाल खा ले दोवां पासे कोई बुहारा ला। ओह नहीं तू केड़ा केड़ा एक मिनट गैस हो भाई। ਬੋਲਾ ਬੋਲਾ ਆ ਬੇਟਾ ਕੀ
ਕੀ ਬਣਿਆ ਤੇਰਾ ਓ ਬੇਬੀ 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 ਪਲੀਜ਼ ਬੇਬੀ ਥਿਸ ਇਜ਼ ਨਾਟ ਭੋਲਾ ਥਿਸ ਇਜ਼ ਚਵਲ 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 ਥਿਸ ਇਜ਼ ਭੋਲਾ ਥਿਸ ਇਜ਼ ਦਾ ਭੋਲਾ ਓ ਮੈਂ ਬੱਤ ਨਹੀਂ ਹਾਈ ਹਾਈ ਇਹ ਤਾਂ ਪਹਿਲੇ ਤਕਲੀਫ ਚ ਨਹੀਂ ਭੋਲੇ ਹਾਏ ਦਾ ਮਤਲਬ ਹੈ ਕੈਸੇ ਹੋ ਹਾਂ ਕੈਸੇ ਹੋ ਕਿਸ ਤਰ੍ਹਾਂ ਦਾ ਤੂੰ ਤੈਨੂੰ ਕੀ ਦੱਸਾਂ ਯਾਰ ਲੈ ਅੱਲਾ ਜਾਣਦਾ ਜਾਂ ਮੈਂ ਜਾਣਦਾ ਜਿਵੇਂ ਮੈਂ ਰਾਤਾਂ ਟਪਾਣ ਗਿਆ ਜੇ ਤੈਨੂੰ ਪਤਾ ਹੁੰਦਾ ਨਾ ਤੇ ਤੂੰ ਦੱਸਦਾ ਇਹਨੂੰ ਹਾਏ ਹੈ ਹਾਏ ਇਹ ਤੇ ਕੱਲ ਤੂੰ ਕਹਿਣਾ ਪੂਰੇ ਪਿੰਡ ਨੂੰ ਕਿ ਹਾਏ ਹਾਏ ਹਾਂ ਹਾਂ ਇਹ ਆ ਤੇਰਾ ਹਾਂ ਹਾਂ ਬੇਬੀ ਪੁੱਛ ਕੌਣ ਹੈ ਹੂ ਆਰ ਯੂ ਡਿਕਮ ਡਿਕਮ ਡੋਇਆ ਡੂ हल्ला गुला करने ठीक है पा हल्ला तू पाना ते गुला मैं लेडीज एंड जेंटलमैन प्लीज सर मी सब अंदर जाओ बेटी भी जाए ना ਸਾਲਾ ਤੇ ਬੌਟੀ ਦੋ ਮਿੰਟ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਕਰੀ ਤੁਸੀਂ ਵੀ ਕੀਤੀ ਸੀ ਓ ਯਾ ਯਾ ਤੁਹਾਨੂੰ ਤਾਂ ਡੇਢ ਘੰਟਾ ਲੱਗਿਆ ਆਵਾਜ਼ਾਂ ਆਇਆ ਠਾ 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 ਫੇਰ ਯਾ 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 ਅੰਦਰ ਆ ਕੇ ਯਾ ਯਾ ਓ ਮੇਰੀ ਜੁੱਤੀ ਆ ਓ ਤੂੰ ਬੋਲਦਾ ਹਲਾ ਗੁਲਾ ਹਲਾ ਗੁਲਾ ਮੀਨ ਇੰਜੋਇਮੈਂਟ ਜਦੋਂ ਸਾਹਿਬ ਕਰ ਰਹੇ ਹੁੰਦੇ ਤੁਸੀਂ ਵੀ ਤਾਂ ਕਰਦੇ ਹੋ ਨਾ ਬੋਲ ਹੀ ਓ ਪਛ ਗਿਆ 5 ਮਿੰਟ ਹੈ ਟੋ ਟੱਚ ਮੀ ਕੋਈ ਗੱਲ ਨਹੀਂ ਲੰਘੜੇ ਆ ਮੀਨ ਬਈ ਇੱਕ ਪਾਸੇ ਅੰਬ ਕੱਟਿਆ ਹੁੰਦਾ
ਖਾਵਾਂ ਦੇ ਮੀਨ ਆਪਣਾ ਖਸਮ 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 ਵਾਟ ਖਸਮ ਇਹ ਜ਼ਖਮ ਤੋਂ ਵੱਡਾ ਹੁੰਦਾ ਖਸਮ ਚਾਰੇ ਵਾਟ ਸਾਈ ਹਸਬੰਡ 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 ये तुम्हारी बीवी है ये लंदन की कुड़ी आजाद ख्याल ब्रॉड माइंडेड ये तो सामने शर्माना नहीं खुल के गल्लां करनी ने ओके ये शर्माने वाला बंदे नूं पसंद ही नहीं अच्छा दो तीन दोस्त अपने छड़दे भी शर्मांदे बहुत सन ओ चंगा करना भैण नूं दुबई दा नक्शा समझाण वाला बूढ़ी दे मूंह ते आलू पा दे ते मानी हो पाने नेड़े हो नेड़े भोला और बेबी दोनों आपस में एक दूसरे के करीब हो चुके हैं हाथों में हाथ डाल चुके हैं आंखों में आंखें डाल चुकी हैं दोनों मुस्कुरा के एक दूसरे को देख रहे हैं और देखे भोला क्या करेगा आप दसो जी अब माई दी कमेंट्री ने सुनी है भैन दी कमेंट्री पहले ओके बेबी क्या लवी ना हूं मेरी बारी या या हां गरगेजड़ी या मेरा बड़ा दिल करता मैं बाहरले मुल्क जाके समुंदर ते थोड़े थोड़े कपड़े पा के फिराता मेरे नसीब ही माड़े मैनू लगता मैं उथे उदो जाना जो उथे भी दुपट्टे चल पड़े सच्चा यार दुपट्टे गोरे रंग के दुपट्टियां दी छां करके छड्डां मैं तेनू बच्चियां दी मां करके बोले अपनी बीवी को अपना अपना पंजाबी सॉन्ग सुनाओ माइया टोले पिंड मीन विलेज यू वांट टू सी पंजाबी कल्चर कल्चरल वेरी गुड कल्चर बोले सुना माइया जूस पीण वालिए पुंजे बहके गन्ना चुप लेंदे गन्ने ना तेन तेरी सुकून मैं और गन्ना सुनाना तू कहती चीकिया भी जिम्मे गन्ना तेरे घर जा बड़िया है लम्मा गन्ना कमा गन्ना मीन अपना बेबी गन्ना 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 मीन शुगर स्टैंड शुगर स्टैंड गन्ना जी अपना मिठी स्टिक नहीं हजूर संगे मरवर दे गोंगलुआ खंगा दे सदके लमगना जे कमा दे दा।
दिल ता पागल है। आए। अच्छा तू भी समझ गाजियाबाद तो बंदे नहीं है। दिल ता पागल है दो कुड़ियां लेके चुप कर जाऊ जिथे एली दुनिया बढ़ गई मैं भी किधरे बढ़ मुड़ जाऊ। ओ मेरे पैसे वापस कर दे मेरा नहीं इरादा। मेरे पैसे वापस कर दे मेरा नहीं इरादा। मैं बंदा बिल्कुल सीधा साधा ओदा वजन ज्यादा। जे ओ मेरे उत्ते डिग पई ए मस्कीन ते मर मुर जाऊ। दिल ता पागल है दो कुड़ियां लेके चुप कर जाऊ नस के कर दी कुंडी लाल नहीं ते चाचा बढ़ जाऊ। ए चाचा ये कम है। ओके वाह चाचा वाह चाचा तेरी मर्जी। गली गली रो रो दुहाइया ओ जाने ने किसे नाल लाइया लगियां दे दुख वकरे लगियां दे दुख वकरे प्यासे हर वेले यार दे दीदार दे ए रहण वाले उस बाजार दे अपना मोटा सा योर फादर वो है100 बच्चा चाहिए थोड़ा जा करप्ट तमाशबिन ਜ਼ਿੰਦਾ ਆਦਮੀ ਹੈ ਇਹ ਚਾਹ ਰਿਹਾ ਕਿ ਮੇਰੀ ਬੁੱਢੀ ਨੂੰ ਡਾਂਸ ਆਉਂਦਾ ਹੈ। ਆਈ ਡੋਨਟ ਨੋ ਡਾਂਸ। ਡਾਂਸ ਨਹੀਂ ਆਉਂਦਾ ਹੋਰ ਸਾਲ ਹੀ ਇੱਥੇ ਕੀਸੀਆਂ ਕਰਨ ਆਈ ਹੈ। ਇੱਥੇ ਜਿਹੜੀ ਵੀ ਆਵੇ ਉਹਨੂੰ ਨੱਚਣਾ ਪੈਂਦਾ ਹੈ। ਹਾਂ ਇਹਦੀ ਅੰਮੀ ਰੋਟੀ ਦੇਣ ਆਈ ਦੋ ਗਾਣੇ ਕਰਕੇ ਗਈ ਹੈ ਜੀ। तेन घोड़ा वास्ते की गल कर रहे यार इधर भरजाई थोड़ी माहौल है पे ए मैं सरकार ये नचना ते नच लो ते भोले दी मंगेतर भोला अंदर ते खिड़की खुली आहो तू भेजी क्लोथ जा यार मैं बाहर भेजने मैनू को क्रिकेट नहीं लिया मैं वेख बैठा तेरा बेड़ा तो जेल नाल लगा ला दूजा शो मैं देखना तू ओए बगी बे बेटा ओ लेम चाचा मुबारक होवे चाचा बांदर किले ओ जात का फा हो जा परे मुबारक होवे मुबारक ते ओले साल बाद होनी आ ओए असी गए ना ओ खिड़की दे विच आओ ते आखरी बड़े मैं मुंह वाड़ता फड़ के दफा हो जा परे गल ते कर लेन दे की चुप्पी घंटे बकवास करना है मुंह ते उधर रख जराबा नहीं बोल दई मेरे मुंह च जनरल स्टोर हां ओ खिड़की ते असी गए ना लेन लगी सी ओदो नहीं नहीं मैं तो कल्ला ही सा खिड़की अगे ए किधर नु ले गया अंबेसी नु ए मेरे ख्याल है कोई और गल कर रहे सी कोई और गल कर रहे ए तुहाडे घर दी गल समझ बैठा
ਉਹ ਸਾਡੇ ਵੀਜ਼ੇ ਲੱਗੇ ਨੇ। ਅੱਛਾ ਅਸੀਂ ਜਾ ਰਹੇ ਇੰਗਲੈਂਡ। ਕਿੱਥੇ ਜਾ ਰਹੇ? ਇੰਗਲੈਂਡ। ਓਏ ਇੰਨਾ ਕੁ ਕੰਮ ਆ ਤੂੰ ਬਾਹਰ ਜ਼ਰੂਰ ਜਾਣਾ, ਇੱਥੇ ਕਿਤੇ ਰਸ਼ ਰੁਸ਼ ਚ ਵੜ ਜਾਓ। ਚੱਲ ਕੋਈ ਅੱਗੇ ਸਾਨੂੰ ਚਾਂਗੇ ਤੇ ਲੈ ਵੀ ਜਾਣੇ। ये मुझसे बोलता मुझको फूफना दो। फूफना? और फूफना? और तेन फूफना चाहिए सी मेरा ललन दा। चाची गल कोई तुम हमारी बची से फूफड़ी मांगता। ओ चाची मां दे भी पिंडा चेंज भी अही ना वड्या ना करी जा तो गुस्सा कर गई। बचपन जो बच्चों के रिश्ते तय किए ने मंगनिया की सारा पिंड हम सू पुछता है तुम लंदन जाने पहला ना इन्हों का निकाह करो। लो तुम निकाह की बात करती, बच्ची ने ये रिश्ता तोड़ दिया। पाजी तुसी क्यों नहीं बोलते? मैं मजबूर हूं बहन मेरी है, मैं बहुत मुश्किल नाल अपनी बेटी ने मना के इत्थे लेके आया सी, पर उन्हें ये मुल्क पसंद नहीं आया, ये पिंड पसंद नहीं आया और मेरा भतीजा पसंद नहीं आया। इहदे च किस्मत तुहाडी नहीं मेरी भी खराब है। मैं ते उस मुल्क च इहनूं लैके आया उत्थे जमी पली है जिथे सगा मां प्यो भी अपनी औलाद नूं नहीं नहीं डांट सकता, नहीं डांट सकता। आई एम सॉरी। चल बेगम। नहीं नहीं ये नहीं हो सकता। पाजी नतीजे हे जुलम ना करी, नहीं एडे फ्राउन ने लाज चिना बोल। ए मेरा बच्चा, इने हमेशा बचपन तो तेरे खाब जाके ने ए तेरी आराम देखता आया है। नतीजे मेरा दुनिया ते एक कोई बच्चा जे इने कोल कोई भूल हो गई है ते इने माफ कर दे, नहीं ते हवे इधर वे ए बुढ़ी मां जिथे इज्जत खातर सिर नठ भी जाते ने सिर ला भी दिते जाते ने। तू साडे नाल मंगनी तोड़ दी उत्थे लंदन लै के तोड़ दी भरे पिंड जाके सगवे तीर क्यों मारे और क्यों मारे तीर ना मेरा बच्चा ना। I'm sorry मुझको जाना है, अल्लाह मेरे रुकेगा। मैं मां मरे जा काम दिल ते ना लावे। ओ चढ़ दे बेबे, ओ चढ़ दे। ओ चाचे ते चाची दी अखां ते दौलत की पट्टी चढ़ गई। बेबे जेने मंगनी तोड़ दी तो लंदन रह के तोड़ दी, हूं मैं इस पिंड किस पूरा फिरागा और कितों लगेगा लोग ताने मर गए। बेबे क्यों जाता जे भोला और जेदी मंग आई सी तो उन्हें मंग तोड़ के टुर गई। और बेबे असी चट्टा के पोत और चट्टा के पुत असी अपने सिर के बल अपनी मंग नहीं चढ़ते। बेबे ओए जिल्लत में फिर को नहीं हो जिया जाना। बेबे अब मैं नहीं जीना। बेबे अब मैं खा लेके मर जाऊंगा। अब बेबे मैं खा लेके मर जाऊंगा। जिंदगी जानी होया की
ਹੋਣਾ ਕੀ ਸੀ ਉਹ ਜਿਹੜੀ ਬਾਹਰੋਂ ਆਈ ਸੀ ਕਹਿਣ ਅੱਛਾ ਹੋ ਮੰਨੀ ਨਹੀਂ ਮੇਰੇ ਮੇਰਾ ਪੁੱਤਰ ਖਾਬ ਵੇਖਦਾ ਰਹਿ ਗਿਆ ਤੇ ਮੈਂ ਉਹਨੂੰ ਛੱਡ ਕੇ ਟੋਰ ਚੱਲੀ ਤੇ ਆਪਣੀ ਮਾਂ ਨੂੰ ਛੱਡ ਕੇ ਟੋਰ ਚੱਲਿਆ ਸੀ ਚੱਲਿਆ ਬੇਵਕੂਫਾ ਔਰਤਾਂ ਪਿੱਛੇ ਫਾਂਸੀ ਲਈ ਦੀ ਛਾਲ ਮਾਰ ਕੇ ਮਰੀਦਾ ਸੋਹਣੀ ਮੇਮ ਲੈ ਕੇ ਆਵਾਂਗਾ ਅੰਗਰੇਜ਼ੀ ਬੋਲੇਗੀ ਬਖਾਲ ਨਾ ਕਰੋ ਯਾਰ ਉਹ ਮੈਨੂੰ ਨੀ ਚਾਹੀਦੀ ਮੇਮੂ ਉਹ ਮਾਂ ਤੇ ਚਿੱਟਾ ਲਪਾੜ ਆਉਂਦੀ ਆ ਉਹ ਮੇਮਾਂ ਅੰਗਰੇਜ਼ੀ ਬੋਲਦੀਆਂ ਮੇਰੇ ਲਈ ਭੇਜਣੀ ਨਾ ਤੇ ਉੱਥੋਂ ਪਲਾਸਟਿਕ ਦੀ ਮੇਮ ਭੇਜ ਦੇਣਾ ਜਦੋਂ ਦਿਲ ਕੀਤਾ ਫੂਕ ਭਰ ਕੇ ਗੱਲਾਂ ਕਰ ਲਈਆਂ ਮੁੜ ਕੇ ਫੂਕ ਭਰ ਕੱਢ ਕੇ ਤੇ ਰੱਖ ਲਈ ਜ਼ਰੂਰ ਲੈਣੀ ਉਹ ਤੇ ਇਹਨਾਂ ਦੇ ਘਰ ਹੀ ਹੈ ਔਰ ਨਹੀਂ ਉਹ ਨਹੀਂ ਚਾਹੀਦੀ ਉਹ ਮੈਂ ਪਹਿਲੇ ਪੈਂਚਰ ਕਰਤੀ ਹੈ ਮਿਹਨਤ ਕਰੋ ਮਜ਼ਦੂਰੀਆਂ ਕਰੋ ਫਿਕਰ ਨਾ ਕਰਨਾ ਪਿੰਡ ਦੀ ਅੱਜ ਤੋਂ ਬਾਅਦ ਸਮਝਣਾ ਤੁਹਾਡੀਆਂ ਭੈਣਾਂ ਦਾ ਵਿਆਹ ਹੋ ਗਿਆ ਕਿਉਂ ਕੌਣ ਕੀ ਮਤਲਬ ਭਰਜਾਈ ਤੇਰੀ ਫਿਰ ਦੋ ਕੁ ਦਿਨ ਬਾਅਦ ਚੱਲੀਏ ਜਾਹਲ ਦਾ ਬੱਚਾ ਤੂੰ ਜੇਠੀ ਦਾ ਸਾਲ ਚ ਇੱਕ ਮਹੀਨਾ ਜੇਠ ਦਾ ਹੀ ਆਉਂਦਾ ਮੁਬਾਰਕ ਹੋਵੇ ਇਸ ਸਾਲ ਰੋਜ਼ਿਆਂ ਚ ਆ ਰਿਹਾ ਤੇ ਕੋਈ ਨੀ 6:30 ਵਜੇ ਰੋਜ਼ਾ ਖੁੱਲ ਵੀ ਤੇ ਜਾਂਦਾ ਨਾ ਤੇ 7:30 ਵਜੇ ਖੁੱਨਾ ਵੀ ਤੇ ਖੁੱਲ ਜਾਂਦਾ 9:30 ਵਜੇ ਤੁਹਾਡਾ ਬੂਹਾ ਵੀ ਤੇ ਖੁੱਲ ਜਾਂਦਾ ਨਾ ਤੂੰ ਤੇ 24 ਘੰਟੇ ਦਾ ਬਕਵਾਸੀ ਆ ਤੂੰ ਤੇ ਮਸ਼ੀਨ ਹੈ ਬਕਵਾਸ ਕਰਨ ਵਾਲੀ ਸਲਾਮੀ ਦੇ ਬਹੁਤ ਅੱਛੇ ਉਹ ਸੂਬੇਦਾਰ ਮੇਜਰ 10,000 ਚਲੋ 10 ਦੇ ਦਾਂਗੇ ਮੇਰੇ ਵੀ 5,000 ਨੇ ਦੋ ਦੋ ਹੀ ਪੈਣਾ ਉਹ ਇਹਦੇ ਪਿੱਛੇ ਕਿਧਰੇ ਲੱਗ ਨਾ ਜਾਈ ਨਹੀਂ ਨਹੀਂ ਮੈਂ ਨਹੀਂ ਤੈਨੂੰ ਜਾਣ ਦੇਣਾ ਨਹੀਂ ਜਾਣ ਦੇ ਭਾਬੀ ਉਹਨੂੰ ਜਾਣ ਨਹੀਂ ਦੇਣਾ ਅੱਗੇ ਬੜਾ ਤੂੰ ਉਹਦੇ ਸਿਰ ਤੇ ਬੈਠੀ ਆ ਦੱਫਾ ਜਾ ਪਰ ਇੱਕ ਮਿੰਟ ਠਹਿਰ ਜਾ ਉਹਦਾ ਚਾਚਾ ਘਰ ਅੰਮੀ ਤੇਰੀ ਘਰ ਖਾਉਣ ਤੇਰੇ ਘਰ ਬੰਦੇ ਤੇਰੇ ਘਰ ਆਖਰੀ ਗੱਲ ਪਹਿਲੇ ਕਰਿਆ ਕਰ ਪੁੱਠੀ ਗੱਲ ਸ਼ੁਰੂ ਕਰ ਲੈਣਾ ਨਹੀਂ ਨਹੀਂ ਤੂੰ ਉੱਥੇ ਜਾ ਕੇ ਅਸੀਂ ਚੱਲੇ ਆ ਸਫ਼ਰ ਤੇ ਆਹੋ ਤੇ ਦੁਆ ਮਗਰ ਚਾੜ ਕੇ ਰੱਖੀ ਤੈਨੂੰ ਹਯਾ ਹੈ ਕਿ ਨਹੀਂ ਨਾਲ ਜਾ ਕੇ ਲੱਗ ਜਾਂਦਾ ਹੈ ਬਗੈਰ ਤਾਂ ਚਲੋ ਕੋਈ ਨੀ ਮਾਫ਼ ਕਰ ਦੇ ਤੈਨੂੰ ਪੈ ਗਿਆ ਚਸਕੇ ਵੱਢ ਕੇ ਰੱਖ ਦੇਣਾ ਤੈਨੂੰ ਮੈਂ ਮੈਂ ਸਮਝਾਇਆ ਫਿਰ ਉੱਥੇ ਹੀ ਉਹ ਤੇਰਾ ਕਨੈਕਸ਼ਨ ਤਾਂ ਨਹੀਂ ਜੁੜ ਗਿਆ ਜਾ ਕਾਲਿਆ ਸਮਝਾਉਂਦਾ ਇਸ ਤਰ੍ਹਾਂ ਜਿਸ ਤਰ੍ਹਾਂ ਛੋਟਾ ਪੁੱਤਰ ਚੌਥੀ 'ਚ ਪੜ੍ਹਦਾ ਇਹਨੇ ਇਸ ਤਰ੍ਹਾਂ ਨਹੀਂ ਮੁੜਨਾ ਇਹਨੂੰ ਧਿਆਨੇ ਲਾ ਇੱਥੇ ਪਾ ਦੇ ਪੈਸੇ ਗਿਣੀ ਜਾ ਇਹਨੇ ਫਿਰ ਵੀ ਨਹੀਂ ਮੁੜਨਾ ਫਿਰ ਸਾਊਦੀ ਅਰਬ ਜਾ ਕੇ ਚੋਰੀ ਕਰ ਆਪੇ ਵੱਢਿਆ ਜਾਏਗਾ ਨਾ ਕਰ
यार हाथ नहीं लाई दा तेरा हाथ ना ला तेरा सौदा हो गया साडा भी साली इत्थे दा लगदा पिछे इस तरह पैनिया जिस तरह तेरी मां नूं सिकटा ते मैल आया ਉਹਦੀ ਮਾਂ ਕਿਤੇ ਸਿਗਟਾਂ ਪੀਂਦੀ ਉਹ ਤੇ ਸਿਰਫ ਬਣਾ ਕੇ ਦਿੰਦੀ ਮੈਨੂੰ ਨਾ ਕੱਲਿਆਂ ਨਾ ਛੱਡ ਕੇ ਜਾਈਂ ਹਾਂ ਕੱਲਿਆਂ ਨਾ ਛੱਡੀ ਜੇ ਮਿੱਟੀ ਖਾਣ ਲੱਗ ਪੈਂਦੀ ਆ ਬਾਹਰ ਅਸੀਂ ਜਾ ਰਹੇ ਹਾਂ ਮੈਂ ਪਹਿਲੇ ਹੀ ਬਹੁਤ ਪਰੇਸ਼ਾਨ ਹਾਂ ਪਿੰਡ ਕਿਸੇ ਦੀ ਪਾ ਬੈਠਾ ਨਾ ਮੈਨੂੰ ਅੱਲਾ ਜਾਣਦਾ ਗੁੱਸਾ ਚੜ ਗਿਆ ਨਾ ਤੈਨੂੰ ਮੈਂ ਇੱਥੇ ਪੁੱਠਿਆਂ ਲੰਮਿਆਂ ਪਾ ਲੈਣਾ ਅਗਲੀ ਗੱਲ ਤੈਨੂੰ ਪਤਾ ਹੈ ਫੇਰ ਨਾ ਕਰ ਉਹ ਭਾਬੀ ਔਰਤਾਂ ਨੂੰ ਹੱਸਦੀ ਆ ਤੇ ਔਰਤ ਹੀ ਹੈ ਨਹੀਂ ਮੈਨੂੰ ਨਹੀਂ ਇਸ ਤਰ੍ਹਾਂ ਯਕੀਨ ਆ ਅੱਛਾ ਦੇਰ ਹੋ ਰਹੀ ਹੈ ਦੇਰ ਓਏ ਕੀ ਹੈ ਮੇਰੀ ਘੜੀ ਕਿੱਥੇ ਸਾਲਿਆ ਘੜੀ ਦੇ ਕੇ ਪਠਾਣਾ ਪਟਿਆਕ ਨਹੀਂ ਲਿਆ ਪਰਸੋਂ ਆਏ ਅਸੀਂ ਜਾ ਅੱਛਾ ਗੱਲ ਸੁਣੋ ਅਸੀਂ ਜਾ ਰਹੇ ਹਾਂ 15 ਮਿੰਟ ਰਹਿ ਗਏ ਸਾਡੇ ਜਹਾਜ਼ ਉੱਡਣ ਚ ਸਹੀ ਹੈ ਤੇ ਜਾਂਦੇ ਜਾਂਦੇ ਭਾਬੀ ਦਾ ਇੱਕ ਮਨੋਰੰਜਨ ਵੇਖ ਲਈ ਬਹੁਤ ਅੱਛੇ ਤੇਰਾ ਕੀ ਮਤਲਬ ਹੈ ਹੁਣ ਤੇਰੀ ਪਰਜਾਈ ਇੱਥੇ ਨੱਚੇਗੀ ਨੋ ਵੇ ਉੱਥੇ ਨੱਚ ਸਕਦੀ ਪਾਰਟੀ ਬਹੁਤ ਜ਼ਿਆਦਾ ਹੋਈ ਹੈ ਕਿਹੜੀ ਗੱਲ ਦੀ ਉਹ ਦੋ ਮੁੰਡੇ ਤੁਸੀਂ ਬਾਹਰ ਕੱਲੇ ਨੇ ਕੀ ਮੈਨੇ ਭੇਜਿਓ ਇੱਕ ਇਹਦਾ ਮੰਗੇਤਰ ਹੈ ਇਹਨਾਂ ਮੇਰੀ ਵੀ ਵੈਸੇ ਅੱਟੀ ਸੱਟੀ ਹੋ ਰਹੀ ਹੈ ਸਾਨੂੰ ਬਾਹਰ ਭੇਜ ਦੇ ਲੰਡਨ ਪੈਸਾ ਜਿੰਨਾ ਕਹੇਗਾ ਤੈਨੂੰ ਦੇ ਦਿਆਂ ਕਿੰਨੀ ਜਾਇਦਾਦ ਹੈ ਆਪਣੀ ਆਪਣਾ 24 ਕਿੱਲੇ ਆ ਇੱਕ ਦੋ ਕਿੱਲਾ ਤੇ ਮੈਂ ਤੈਨੂੰ ਐਵੇਂ ਦੇ ਦੇਣਾ ਇਹ ਕਿੱਲਿਆਂ ਦੇ ਨਾਲ ਮੈਂ ਖੋਤੇ ਬੰਨਣੇ ਮੈਨੂੰ ਪੈਸੇ ਚਾਹੀਦੇ ਨੇ ਉਹ ਭਾਈ ਜ਼ਮੀਨ ਵਾਲੇ ਕਿੱਲੇ ਆਪਾਂ ਠੀਕ ਹੈ ਮੈਂ ਤੁਹਾਡਾ ਇੰਤਜ਼ਾਮ ਸੈਕਟਰੀ ਯੈਸ ਬਾਸ ਸੈਕਟਰੀ ਆ ਗਏ ਕਿਸਕੋ ਫਸਾਇਆ ਆਪਨੇ ਵੀਜ਼ੇ ਕੇ ਲਿਏ ਬਾਸ ਇਨਕੋ ਵੀਜ਼ਾ ਦੇਣਾ ਹੈ ਹਾਂ ਜੀ ਸ਼ੁਰੂ ਕਰਨਾ ਹੈ ਜੀ ਜੀ ਵੀਜ਼ੇ ਦਿੱਤੀ ਹੈ ਹਾਂ ਜੀ ਮੈਂ ਕਿਹਾ ਜੀ ਵੀਜ਼ਾ ਮਿਲ ਜਾਏਗਾ ਹਾਂ ਹਾਂ ਕਿਉਂ ਨਹੀਂ ਮੈਂ ਕਿਹਾ ਇਹ ਵੀਜ਼ਾ ਦਿੱਲੀ ਆ ਵੇਖ ਤੇ ਸਹੀ ਕੁੜੀ ਤਾਂ ਦੇਖ ਸਰੀਆਂ ਸਕੀਆਂ ਭੈਣਾਂ ਦਾ ਰਕਸ਼ੇ ਵਰਗਾ ਮੂੰਹ ਹੈ ਪਾ ਕੇ ਅੰਦਰ ਜਾਣਾ ਆ ਮੇਰੇ ਦੇ ਭੈਣਾਂ ਦੇ ਰਕਸ਼ੇ ਵਰਗੇ ਮੂੰਹ ਨੇ ਇਹਦਾ ਘਰ ਮੈਂ ਕਿਹਾ ਇਹਨਾਂ ਦੀ ਪੂਰੀ ਫੈਮਿਲੀ ਡੈਮੇਜ ਹੈ ਇੱਕ ਇਹਦੀ ਭੈਣ ਵਾਵਾ ਮੂੰਹ ਮੱਥੇ ਲੱਗਦੀ ਸੀ ਅੱਛਾ ਮੈਂ ਕਿਹਾ ਸੋਹਣੇ ਚਲੀਏ ਕਹਿੰਦੀ ਚਲੋ ਨਾ ਹੋ ਗਿਆ ਸਮਾਂ ਤੈਨੂੰ ਨਾਲੀਆਂ ਟੱਪਣ ਵਾਲੀ ਔਰਤ ਦੇ ਇੰਨਾ ਹਾਂਜੀ ਇਹਦਾ ਵੀਜ਼ਾ ਲਾਉਣਾ ਜੀ ਆਪ ਆਪਣਾ ਨਾਮ ਬਤਾਈਏ ਪਹਿਲੇ ਵੀਜ਼ਾ ਮਿਲ ਜਾਏਗਾ ਹਾਂ ਫੇ ਕੀ ਕਰਨਾ ਤੇ ਵੀਜ਼ਾ ਲੈ ਲੈਂਦੇ ਪੈਣੂ ਜਾਹਲ ਔਰਤੋ ਕੀ ਹੋਇਆ ਐਵੇਂ ਅਛੜ ਦੀ ਕੁੜੀ ਹੈ ਨਾ ਰੁਪਈਆ ਵੀ ਖਵਾਇਆ ਹੱਥ ਪੜਾਤੇ ਪਰ ਤੂੰ ਇਹਦਾ ਹੱਥ ਪਾੜਨੇ ਸ਼ੁਰੂ ਹੀ ਥੋੜਾ ਤੇਰੇ ਘਰ ਮਾਂ ਹੈ ਨਹੀਂ ਤੇਰੇ ਘਰ ਭੈਣ ਹੈ ਨਹੀਂ ਕਿਸੇ ਔਂਤਰੀ ਦੇ ਬੈਡ ਬੈਡ ਤੂੰ ਨਹੀਂ ਅੰਦਰ ਕਰ ਲੈਣੀ ਆ ਅੱਛਾ ਇਹਨਾਂ ਨੇ ਵੀ ਜਾਣਾ ਚੱਕ ਕੇ ਖਲੋ ਇਹਨੇ ਵੀ ਜਾਣਾ ਹੋ ਰਹੇ ਨੇ ਉੱਥੇ ਮੈਂ ਜਾਣਾ ਹੈ ਲੇਕਿਨ ਪਹਿਲੇ ਇਸਕਾ ਹੁਲੀਆ ਤਾਂ ਚੇਂਜ ਕਰਵਾਏ ਕਿੰਨਾ ਅਜੀਬ ਇੰਜ ਦੇ ਕੱਪੜੇ ਪਾਉਣੇ ਨਾ ਤਾਂ ਮੈਂ ਨਹੀਂ ਉਹਦੇ ਚ ਵੜ ਸਕਦੀ ਕਿਉਂ ਹਾਂ ਓਏ ਹੋ ਜੇ ਕੱਪੜੇ ਪਾਉਣੇ ਪੈਣੇ ਜੇ ਬਾਹਰ ਜਾਣਾ ਤੇ ਕਿੰਜ ਇਹਦੇ ਚ ਵੜਨਾ ਕਿਹੜਾ ਮੁਸ਼ਕਲ ਹੈ ਕਿੰਜ ਵੜਾਂਗੀ ਮੈਂ ਇਹਨੇ ਪੈਂਟਾਂ ਚ ਫੜ ਲਈ ਨਿਕਲ ਉਹ ਵੜ ਵੀ ਮਿੰਟ ਚ ਵੜ ਜਾਣਾ ਓ ਨਹੀਂ ਆਪਾਂ ਤਾਂ ਮੈਨੂੰ ਵੀਜ਼ਾ ਦੇ ਹਲੋ ਆਪਾਂ ਨਹੀਂ ਹਾਂ ਤੇ ਮੇਰਾ ਨਾਮ ਲੈਲਾ ਹੈ ਲੈਲਾ ਅੱਛਾ ਆਪਾਂ ਨਹੀਂ ਉਹ ਕਹਿੰਦੇ ਸੀ ਟੇਕੇ ਪੈਣ ਲੈ ਉਹ ਤੋਂ ਨਾਂ ਦੱਸ ਦਿੱਤਾ ਉਹਨੇ ਜੀ ਆਪ ਆਪਣਾ ਨਾਮ ਬਤਾਏ ਜੀ ਨਾਂ ਲਿਖੋ ਜੀ ਮੇਰਾ ਅਕੂ ਅਕੂ ਇਹ ਕੀ ਮਤਲਬ ਹੈ ਇਹ ਪਿਛਲੇ ਬੱਲੇ ਕੋ ਮੈਂ ਬੜਾ ਅਕੂ ਅਜੇ ਉਹ ਤੂੰ ਅੱਜ ਆਪਣੇ ਆਪ ਨੂੰ ਕੱਲਾ ਮਰਾਸੀ ਨਹੀਂ ਸਮਝਣਾ ਦੁਨੀਆ ਭਲੀ ਸੋ ਭਲੀ ਬੈਠੀ ਹੈ ਹਾਂ ਜੀ ਅਕੂ ਜੀ ਲਿਖੋ ਅਕੂ ਅਕੂ ਕੀ ਮਤਲਬ ਸਹੀ ਨਾਮ ਬਤਾਏ ਹਾਂ ਬੈਠੀ ਤੂੰ ਪੜੀ ਲਿਖੀ ਅੰਗਰੇਜ਼ੀ ਚ ਲਿਖ ਲੈ ਚਲੇ ਬਤਾਏ ਏ ਏ ਖੜਾ ਪੇਸ਼ੂ ਓਏ ਅਕੂ ਯਾਰ ਖੜਾ ਪੇਸ਼ੂ ਕਿਹੜਾ ਹੁੰਦਾ ਹੈ ਪੇਸ਼ੂ ਕੀ ਖੜਾ ਪੇਸ਼ ਹਟ ਮੈਨੂੰ ਨਾਲ ਖਾਣ ਦੇ ਬੀਬੀ ਆਪ ਆਪਣਾ ਨਾਮ ਬਤਾ ਛਾਦੋ ਕੀ ਪਿੰਡੂ ਜੈਸਾ ਨਾਮ ਬਤਾ ਉਹ ਲਿਖੋ ਐਸ ਐਚ ਓ ਐਸ ਐਚ ਓ ਖੜਾ ਪੇਸ਼ੂ ਕਿਹੜਾ ਖੜਾ ਪੇਸ਼ੂ ਯਾਰ ਤੈਨੂੰ ਕਿਤ ਕਲੀ ਭਈ ਯਾਰ ਸਾਲਿਆ ਖੜਾ ਪੇਸ਼ੂ ਖੜਾ ਪੇਸ਼ੂ ਕੀ ਖੜਾ ਪੇਸ਼ੂ ਕੀ ਹੈ ਇਧਰ ਵੇਖ ਜਰਾ ਵੀਜ਼ਾ ਦੇਣਾ ਹੈ ਕਿ ਨਾ ਹਾਂ ਤੈਨੂੰ ਹਾਵਾਂਗੇ ਖੜਾ ਪੇਸ਼ੂ ਤੂੰ ਕਹੇਗੀ ਊਹੂ ਐ ਵੇਖ ਇਹ ਵੀਡੀਓ ਗੇਮ ਦਾ ਉਹ ਹੀਰੋ ਹੈ ਜਿਹੜਾ ਨਿਆਣਾ ਦੂਸਰੇ ਨਿਆਣੇ ਨੂੰ ਕਹਿੰਦਾ ਓਏ ਆ ਨਾ ਲਵੀ ਉਹ ਜਲਦੀ ਮਰ ਜਾਂਦਾ ਹੀ ਬੀਬੀ ਆਪ ਆਪਣੇ ਵਾਲਿਦ ਦਾ ਨਾਮ ਬਤਾਏ ਸ਼ਾਹਿਦ ਖਾਨ ਹਾਂ ਸ਼ਾਹਿਦ ਖਾਨ ਤੇਰ ਮਰ ਜਾ ਕੀ ਹੈ ਜੀ ਵੀਜ਼ਾ ਮਿਲ ਜਾਏਗਾ ਆਪਕੋ ਵੀਜ਼ਾ ਮਿਲ ਜਾਏਗਾ
पैसों का बंदोबस्त करें बस। पैसे बड़े तू वीजा देने वाली गल कर बस। ए जाना किथे आ है? जाना किथे? लंदन। तू खेत सवा जाना। क्यों? लाहौरों फैसलाबाद गया मोटरवे ते गड्डी चढ़ी ते सौं गया। पिंडी पट्टियां दी अख खुली खजूरां लगियां वेखियां ड्राइवर दे हाथ चुम्मण लग पिया। तेरा भला होवे 150 च जदे लैंदा ही। अपने नवे मोबाइल नूं एंजन करन दिया। मैं क्या कर रहा मिस कॉल कट रहे। हेलो वीजा लग गया। ओए मैं क्या वीजा मिल जाएगा ना? वो वीजा तो मिल जाएगा। की करन दे अच्छा पेनू चाहे लौटते में तो चंगी नहीं लगती हैं तुसी। क्यों यार एडी बेवकूफ है मैं तेनू की दसा? हां ओ नहीं जेडी तुसी रिस्क दी चप्पी पवाई स्लाइस आ स्लाइस ओए नु मैं ले आ के दित्ते। अच्छा मैं क्या ला खाला मैं वापसी ते आ दे ना गोडे ते बन्ने। ਮੈਂ ਕਿਹਾ ਕਹਿੰਦੀ ਹਰੇ ਮੈਂ ਇੱਥੇ ਬਣ ਰਿਹਾ ਉਹਨੇ ਤੁਸੀਂ ਪੀਤੇ ਸੁਰ ਸੁਰ ਕਰਕੇ ਸੂਪ ਸੂਪ। ਮੈਂ ਕਿਹਾ ਮੈਨੂੰ ਵੀ ਸੂਪ ਲਾ। ਅੱਛਾ ਕਹਿੰਦੀ ਤੁਹਾਡੇ ਲਈ ਰਾਈਸ ਸੂਪ ਬਣਾਇਆ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦੀ ਚੌਲਾਂ ਦੀ ਪਿੱਛ ਨਾਲੇ ਪੀਲਾ ਨਾਲੇ ਤਰੀਕ ਟੁੱਟਦੀ ਪੱਗ ਚ ਲਾ। छोड़ दो आप। हाँ। तुसी एदा करना शनाख्ती कार्ड ते पैसे लेके दफ्तर आ जाना। ठीक है ठीक है आओ साइकिल चले। ओके बस आ जाओ। लख लानत भाई तेरी जिंदगी ते। बस ये रात पार्सल आया है बेगम। ओह और ये देखो खबर क्या है? क्या? हीरा मंडी में आग लग गई। अमले ने आग पर काबू डाल लिया। अब अमले पर काबू नहीं पड़ रहा। व्हाट हीरा मंडा? तेनू हीरा मंडी का नहीं पता? नो कटा तेरे कुंगरू मेरे वो तेरी मां बड़ा अच्छा नाचती सी। और जावेद लड़के ये क्या खबर लिखा है? हाँ आ देखो ओए बिल्ली ने कहाँ घूम रहे हो तुम? वो कहाँ है पूजा? पूजा चलो पूजा। ओके मैडम। पूजा पहले पेट पूजा फिर काम दूजा। ये है साहब जी। तू की कपड़े पाक रहा अल्लाह माफी। अब बर्फ च कुत्ते लभण वाले कपड़े छतरी पतीले ते बहुत चिट्टे छोले भेज जाके। मेरा मतलब होटल छोटल पाओ के एक्टर बने। मेरे कपड़े बीजी सींदी है। बीजी? हां जी। नाप बड़ी आसानी ने लेंदी। धुनी ते फीता रख के आप रक्षे च बैठदी। तीरा 3.5 किलोमीटर। चलो शाबी चाय पियो। ग्राउंड विच मशीना रख दे होने ने। इक कोई दसी ओ भी फंबल कर गई। चलो चलो चाय पियो। ठंडी चाय ले जा। ठंडी चाय ओनु बुलाओ सुरम चुनो। ओए जेम्स बॉन्ड। जेम्स बॉन्ड 00 फिर 0 जेम्स बॉन्ड अब मिनी पैक में भी दस्तयाब है। मैं करा साहब जी की ये मेरी ये जनाब शादी कराओ। मैं फटन वाला हो यहां। ओए बात से करे गैसी की होए की होए की होए। चल ये क्या बदतमीजी है? सूखा दूध पिलाई जा रहे हो। ऐ तेरा तेन दूध मैं पिया। तुहाडा दूध पीवा? हां वड्डा गोश्त ते सुनिया सी वड्डा दूध पहली बारी देखे है। छोट की मेरा इस्ते छोट शादा करवाए जाए। नहीं नहीं तेरी यदि शादी नहीं हो सकती। क्यों? ओयो हिंदनी तू मुसलमान है। तो खैर है मैं इसके मंदिर में तल नहीं खड़का सकता हूँ। तल तक आपका हाथ नहीं पहुँचेगा। तली तक तो पहुँचता है ना। इधर आए टल्ली टल्ली एडा तू साले जेम्स बॉन्ड बनया। नाई तू जाके दे मेरी शेव कर दे। अच्छा नाई कहता बह जा। ये बह गए उन्हें पिछले भी करती। लड़ाई होंदी है लोकी एक दूसरे का गिरेबान फड़ दे। ए तुसी की फड़ दे?
ਕੀ ਹੈ ਤੁਹਾਡਾ ਸਾਨੂੰ ਬੜਾ ਫਾਇਦਾ ਹੈ ਉਹ ਕੀ ਅਸੀਂ ਆਪਣੇ ਘਰ ਦੀ ਛੱਤ ਤੇ ਪਾਣੀ ਦੀ ਟੈਂਕੀ ਨਹੀਂ ਬਣਵਾਈ ਹਾਂ ਪੂਰਾ ਟੈਂਕਰ ਫਿੱਟ ਕਰਵਾਇਆ ਹੈ ਬਾ ਠੀਕ ਹੈ ਪਾਣੀ ਤਾਂ ਆ ਰਿਹਾ ਆ ਕੇ ਨਾਲ ਆ ਉਹ ਪਾਣੀ ਬਚਾ ਕੇ ਰੱਖੋ ਬੇਗਮ ਸਾਹਿਬ ਵੀ ਮੂੰਹ ਧੋਣਾ ਹੁੰਦਾ ਹੈ ਸਟੂਪਿਡ ਹਾਂਜੀ ਕੀ ਹੈ ਇਹ ਤੁਹਾਡੀ ਬੇਗਮ ਹੈ ਯੈਸ ਤੋ ਵਾਸਟ ਆਫ ਆਰ ਕਿੱਥੇ ਟੂ ਸਟੋਕ ਸੁਜ਼ੂਕੀ ਤੇ ਕਿੱਥੇ 32 ਟਾਇਰਾਂ ਦਾ ਟਰੱਕ ਅੱਛਾ ਗੱਲ ਪੂਰੀ ਕਰਦਾ ਭਾਵੇਂ ਜ਼ੋਰ ਲੱਗ ਜਾ ਚੁੱਪ ਚੁੱਪ ਪੂਰਾ ਜ਼ੋਰ ਲਾਉਂਦਾ ਸੱਲਾ ਵਾਲਾ ਗੁੱਡਾ ਕੀ ਹੋਇਆ ਕੀ ਹੈ ਕਿੱਥੇ ਚੱਲੇ ਕਿੱਧਰ ਮੈਂ ਇੱਧਰ ਇੱਧਰ ਹੀ ਮਾਰ ਲੈ ਜੀ ਮਾਰੋ ਕਿੱਧਰ ਲੈ ਕੇ ਜਾ ਰਿਹਾ ਮੈਂ ਇਹਨੂੰ ਪਾਣੀ ਪਿਆ ਕੇ ਲਿਆ ਚਲੋ ਇੱਥੇ ਹੀ ਪਿਆ ਆ ਤੁਮ ਵੀ ਚਾਹ ਗਰਮ ਕਰਕੇ ਲਾਓ ਜਾਓ ਪੂਜਾ ਜੀ ਅੱਛਾ ਅੱਛਾ ਬੇਗਮ ਫੀਨਾ ਲੈ ਪੂਜਾ ਇਹਦਾ ਤੇ ਪੂਰੇ ਪਾਕਿਸਤਾਨ ਨੂੰ ਪਤਾ ਇਹੋ ਜਿਹੇ ਕੁੜੀਆਂ ਮੂਲੀ ਵਾਲੇ ਪਰੌਂਠੇ ਖਾ ਕੇ ਆਪਣੀ ਸੁਹਾਗਰਾਤ ਖਰਾਬ ਕਰ ਲੈਂਦੀਆਂ ਸਭ ਆ ਗਿਆ ਤਖਾਰ ਬੇਗਮ ਵੋ ਬੇਟੀ ਬਤਾ ਰਹੀ ਥੀ ਕੋਈ ਲੜਕਾ ਦੇਖਾ ਹੈ ਉਸਨੇ ਹਾਂ ਵੋ ਬੋਲਦੇ ਕੋਈ ਪਾਕੀ ਲੋਗ ਹੈ ਅਬ ਪਾਕਿਸਤਾਨ ਕਾ ਹੈ ਮਗਰ ਵੋ ਯਹਾਂ ਕਾ ਰਹਿਨੇ ਵਾਲਾ ਹੈ ਆਪਣਾ ਡਾਲੇ ਬੇਬੀ ਬੇਬੀ ਯੈਸ ਕਮ ਇਨ ਯੈਸ ਮਾਮਾ ਮਾਸ਼ਾਅੱਲਾ ਬੇਟੀ ਵੀ ਸਾਡੀ ਜਾਨ ਲੇਵਾ ਯੈਸ ਪਾਪਾ ਆ ਬੇਟਾ ਯਾ ਜੋ ਨਾ ਕੋ ਜੁਕਾਮ ਹੁਆ ਹੁਆ ਹੈ ਰੋਜ਼ ਬਰੀ ਅੱਛਾ ਆਪ ਬਤਾ ਰਹੀ ਥੀ ਕਿ ਕੋਈ ਲੜਕਾ ਦੇਖਾ ਹੈ ਆਪਨੇ ਯੈਸ ਪਾਪਾ ਇਸ ਪਾਕਿਸਤਾਨੀ ਓ ਤੋ ਰਹਤਾ ਇੰਗਲੈਂਡ ਮੇ ਯੈਸ ਇੰਗਲੈਂਡ ਮੇ ਰਹਤਾ ਹੈ ਮਗਰ ਵੋ ਕਰਤਾ ਕਿਆ ਹੈ ਪਾਪਾ ਉਸਕਾ ਗਾੜੀ ਕਾ ਸ਼ੋਰੂਮ ਹੈ ਮਾਂ ਓਕੇ ਤੋ ਬੇਬੀ ਕੇ ਦੋਸਤ ਆ ਰਹੇ ਹੈ ਮੈਨੂੰ ਫੋਨ ਆਇਆ ਸੀ ਆ ਰਹੇ ਨੇ ਓ ਯਾ ਆ ਆ ਆ ਗਏ ਆ ਗਏ ਹੈਲੋ ਮਿਸਟਰ ਪੀਨੋ ਐਕਚੁਅਲੀ ਮਾਈ ਬਿਗ ਬੌਸ ਇਜ਼ ਬਾਹਰ ਖਲੋਤਾ ਬੁਲਾਓ ਬਿਗ ਬੌਸ ਸ਼ੀ ਇਜ਼ ਮਾਈ ਬ੍ਰਦਰ ਭਾਈ ਜੀ ਮੈਨੂੰ ਵੀ ਫੜਵਾਉਣਾ ਜੇ ਅੰਗਰੇਜ਼ੀ ਸ਼ੀ ਇਜ਼ ਮਾਈ ਮਦਰ ਓਹ ਯਾ ਜੀ ਨੂੰ ਸ਼ੀ ਹੈ ਨਾ ਮਿਸਟਰ ਟੌਮ ਐਂਡ ਜੈਰੀ ਓਕੇ ਐਂਡ ਆਈ ਐਮ ਰਿਚੀ ਰਿਚ ਮਾਈ ਮਾਮਾ ਇਜ਼ ਅ ਬੇਬਲੇਡ ਆਹ ਹੈਲੋ ਹੈਲੋ ਯੂਰ ਪਾਪਾ ਯਾ ਮੈਂ ਉਹ ਜਿਹਦੀ ਵਜ੍ਹਾ ਤੋਂ ਪੈਣਾ ਛਾਪਾ ਹਾਏ ਹੈਲੋ ਹਾਏ ਹਾਏ ਆ ਵੀ ਤੋ ਪਹੁੰਚਾ ਹਾਂ ਜ਼ਰਾ ਸਟੇ ਕਰੇ ਓਕੇ ਓਕੇ ਤੇ ਤੈਨੂੰ ਮੈਂ ਕਿਧਰੇ ਵੇਖਿਆ ਮੇਰਾ ਖਿਆਲ ਆ ਤੂੰ ਕਿਤੇ ਮੈਨੂੰ ਆਪਣੇ ਵਾਲੀ ਵੇਖਿਆ ਕਮ ਔਨ ਇਸ ਤਰ੍ਹਾਂ ਫੜੇ ਜਾਵਾਂਗੇ ਹੈਲੋ ਹੈਲੋ ਹਾਉ ਆਰ ਯੂ ਬੇਟਾ ਇਹ ਕੀ ਕੀਤਾ ਜੀ ਇਹ ਅੰਕਲ ਤੁਹਾਨੂੰ ਮੈਂ ਚੁੱਪ ਕਰ ਜਾ ਯਾਰ ਜ਼ਰਾ ਅੰਕਲ ਤੁਹਾਨੂੰ ਸਟੈਂਡ ਤੇ ਲਾਇਆ ਤੈਨੂੰ ਕੱਢ ਲਾ ਬਾਹਰ ਅੰਕਲ ਸ਼ੁਕਰ ਕਰੋ ਪਿੱਛੋਂ ਕਿਸੇ ਨੇ ਗੇਂਦ ਨਹੀਂ ਕਰਾ ਦਿੱਤੀ ਤੁਹਾਡੇ ਮੂੰਹ ਤੱਕ ਆਉਣੀ ਸੀ ਨਹੀਂ ਤੇ ਤੁਹਾਡੇ ਮੂੰਹ ਤੱਕ ਆਉਣੀ ਸੀ ਓਹੋ ਹੈਲੋ ਇਹ ਕਿਹੜੀ ਵੀਡੀਓ ਗੇਮ ਲੱਭ ਲਈ ਹੈਲੋ ਅੱਛਾ ਬੇਟਾ ਜੀ ਹਾਏ ਪੁੱਪੋ ਹਾਉ ਆਰ ਯੂ ਪੁੱਪੋ ਇੱਥੇ ਨਹੀਂ ਪੁੱਪੋ ਹੁੰਦੀ ਇੰਗਲੈਂਡ ਸਾਨੂੰ ਤੇ ਕਈ ਹਜ਼ਾਰ ਸਾਲ ਹੋ ਗਏ ਇੱਥੇ ਐਕਚੁਅਲੀ ਵੀ ਆਰ ਜੰਮੇ ਪਲੇ ਇੱਥੇ ਓਕੇ ਓਕੇ ਲਵਰ ਕਾ ਮਤਲਬ ਰੋਜ਼ਾਨਾ ਵਾਲਾ ਔਰ ਫਰੈਂਡ ਕਦੀ ਕਦੀ ਆਉਂਦਾ ਕਰ ਲਾ ਵੀ ਸਾਰਾ ਕੰਮ ਓ ਲਾਈਕ ਦੈਟ ਮੇਰਾ ਜਿਹੜਾ ਖਲੋਤਾ ਮੈਂ
वापस निकल जाना। हमारा बेबी क्या बोलता, एक लवर और एक फ्रेंड। रहन दे, नहीं किसी को कुछ देना, तो भाई इंजे कहना पैंदा फिर। भाई नु पता है भी तियां भैणा वाला ना। अच्छा बेटा जी बैठो, चंद सवाल है आपसे। बैठो बैठो बैठो। ओहो आइए साहब जी, आइए आइए, बैठिए बैठिए बैठे बैठे भाईजान। मेरे को टाइम है कम, मैं तेरा आटा खोल लूंगा। अच्छा बेटा जी, अच्छा आंटी बैठ के सारे। हाँ जी आंटी, ढोल ला लो अगो जंप पाउन वाले। तू तो उठ के बह सारे, केड़े काम बह गया। लंदन आया तू, माझे दी पैलियां च बैठा। माझे दी पैलियां ओहो ही ने, ओहो ही ने गरम करने पै जाते। ਅਸੀਂ ਆਪਣਾ ਸਮਾਨ ਨਾਲ ਲੈ ਕੇ ਤੁਰੇ ਆ, ਸਾਨੂੰ ਪਤਾ ਗੀਜ਼ਰ ਕਿਸੇ ਟਾਈਮ ਵੀ ਜਵਾਬ ਦੇ ਦੇਗਾ। ਉਹ ਤੈਨੂੰ ਪੈਂਟ ਲੱਗਦੀ ਹੈ ਤੂੰ ਇਸ ਤਰ੍ਹਾਂ ਬਹਿਣਾ, ਉਹ ਨਿਓਲੇ ਫੜਨ ਵਾਲੀ ਮਸ਼ੀਨ। ਐਕਚੁਅਲੀ ਪਹਿਲੇ ਅਸੀਂ ਕਦੀ ਇੰਗਲੈਂਡ ਰਹਿੰਦੇ ਸੀ, ਹੁਣ ਇੰਗਲੈਂਡ ਚ ਰਹਿੰਦੇ। ਇਹ ਸਾਹਿਬ ਜੀ, ਇਹ ਮੈਨੂੰ ਸ਼ੱਕ ਪੈ ਰਿਹਾ, ਉਹ ਹੀ ਨੇ। ਨਹੀਂ ਨਹੀਂ ਅਭੀ ਪਤਾ ਚੱਲ ਜਾਤਾ, ਇਹ ਉਹੀ। ਬੇਟਾ ਜੀ ਹਮੇਂ ਇਹ ਬਤਾਓ ਕਿ ਆਪਕਾ ਕਾਰੋਬਾਰ ਕਿਆ ਹੈ? ਕਾਰੋਬਾਰ ਕੋਈ ਅੰਕਲ ਇੱਕ ਹੋਵੇ ਤਾਂ ਦੱਸੀਏ। ਅੱਛਾ ਅੱਛਾ, ਕੋਈ ਵੀ ਇੱਕ ਹੋਵੇ ਤਾਂ ਦੱਸੀਏ। ਕੋਈ ਵੀ ਇੱਕ ਹੋਵੇ। पैसे जमा कराए ने, ओदा नाम मेरा ख्याल है यूनाइटेड गटर। मतरिया नासा दे उत्ते कमाल ने। क्या हो गया यार, बेवकूफ सी, ओही पाकिस्तान रहंदे हुंदे ते ਸਾਨੂੰ ਤੇ ਉਰਦੂ ਨਹੀਂ ਆਉਂਦੀ। ਇਹ ਮਾਂ ਦੀ ਅਰਬੀ ਬੋਲਣ ਦੇ ਸਾਲਿਆ, ਇਹ ਉਰਦੂ ਹੀ ਬੋਲਣ ਦੇ। ਆਏ ਵੇਖ, ਮਿਕਸ ਅੰਗਰੇਜ਼ੀ ਹੈ ਇਹ। ਅੱਛਾ ਬੇਟਾ ਜੀ, ਆਪ ਕੀ ਕੋਈ ਮਿਲੇ ਹੈ? ਬੜੀਆਂ ਮਿਲਾਂ ਅੰਕਲ, ਕਾਟਨ ਮਿਲ, ਫਲੋਰ ਮਿਲ, ਸ਼ੂਗਰ ਮਿਲ, ਟਾਈਮ ਲੱਗੇ ਕਦੀ ਉਹਨੂੰ ਮਿਲ, ਕਦੀ ਉਹਨੂੰ ਮਿਲ। ਨਹੀਂ ਜੀ, ਇਹਨਾਂ ਦਾ ਇੰਟਰਵਿਊ ਧਿਆਨ ਨਾਲ ਕਰਨਾ, ਇਹ ਛਾਤੂ ਜੇ ਪਾਕਿਸਤਾਨ ਦੇ। ਮੈਂ ਇਹਨਾਂ ਨੂੰ ਜਾਣ ਗਿਆ, ਹੀਰਾ ਮੰਡੀ ਦੇ ਮੁੰਡੇ ਨੇ ਦੋਵੇਂ ਹੀ, ਇਹ ਬੜੇ ਪੁਰਾਣੇ ਅੰਕਲ। ਇਹ ਚਵਲਾ ਮਾਰਨ ਡਿਆ, ਵੀ ਆਰ ਇੰਗਲੈਂਡ। मुझे ये बताओ कि आपकी कोई मिले हैं? वाला साहब दी शुगर मिल आंटी जी। अच्छा अच्छा, शुगर मिल की बनता उठे? लच्छे बन दे। लच्छे? What lacha? What lacha? वड़ा सारा वांस उते कमेटा दे के खिच के पंजां दी चिड़ी बना के ओ बिठाई आ। हेलो, ए दसां दा कुत्ता टुर पिया। आंटी एक्चुअली वी आर काफी सारे बिजनेस, हमारा शावर है। शावर? ओ जिथे गड्डियां धोई दियां। शोरूम मकान किराए ते लैण डिया, कहिंदा भाजी मकान ना किराए ते लैणा, इह कोई बंदियां दे रहण वाली जगह, इत्थे खोते बनने चाहीदे। उह कहिंदा भाजी तुहानूं कि पता, 3 साल रहा जी मैं इत्थे। मां नूं मैं कहा, मासी
ਇਹ ਹਾਂਡੀ ਪ੍ਰੈਸ਼ਰ ਕੁੱਕਰ 'ਚ ਕਿਉਂ ਨਹੀਂ ਪਕਾਉਂਦੀ? ਕਹਿੰਦੀ ਪੁੱਤ ਧੀਆਂ ਭੈਣ ਵਾਲਾ ਘਰ ਆ, ਆ ਬਗੈਰ ਸੀਟੀਆਂ ਮਾਰਦਾ। यार दुबई बहुत आला माहौल बन गया, शराबां बीरां कुड़ियां फुटपाथां ते औरतां फिरन दीआं जिन्हों मर्जी लै जाओ। मैं तू आए दुबई हो? कहिंदा नहीं, मेरी बुढ़ी गई सी। बाबा मर गया, उन्होंने बर्फ के ब्लाक लाए, नाल पखा रखे, इन्हू कहिंदे जरा मैया का ख्याल रखी, परौने लाई, वह बाहर निकल के सारा पखा बंद करके उन्होंने बर्फ बेच के निकल गया। तवा होवे चोपड़िया ते रोटी सड़े क्यों, अम्मी होवे तेरी नेज दे अंदर बंदा बड़े। अच्छा बेटा जी, हमें ये बताओ तेरे डैडी दे अगे मैं 11 बर्गर कठे रखते, कहिंदा मैं डंगर आ उतला इक चुखला। आप बात नहीं समझे, मैं दवाई खांदा इत्थे गोली रख के पानी का फक्का मारदा, एदा मुंह खोल के मैं दवाई बेलचे ना सुटनी पैंदी, अंदर गोलियां पोजदियां भैणा डिस्परीन, मैं मेदा लभण नहीं आ। कहिंदी खब्बे हो जा नवल जी नूं पुछ, मेदे दे नाल ही जेदा बैठा। बेटे मैं ये पूछना चाह रहा हूं, अंकल ये तो बातें होती रहती हैं, आंटी मेरी हो जानी शादी तुहाडे घर, मैं तुहानूं नवां सूट देना शादी ते गिफ्ट। रियली? यस, उह जरा कलमा लिखण लई दित्ता। और मेरे लिए बड़ा सारा सूट है। अच्छा, दो दरिया एक तंबू। अच्छा नॉन स्टॉप बेटे, बात ये है कि मुझे ये बताओ कि शादी यहाँ करनी है? शादी अंकल पाकिस्तान साड़ा कल्चर अच्छा है, पाकिस्तान दोस्त है, बाप बरात के बंदे इकट्ठे होए ने, इथे मैया ते चार नहीं इकट्ठे होंदे। वाह वाह वाह, अरे जिद्दन तू मरना नाल चार बंदे लै दे जाने, जिन्ना मोढ़ा देना, एक ने कहना फड़ो मां मारिया इनू, इधरों फड़ो मशीन। मेरी बात सुन लो, बात यह है कि तुमने पाकिस्तान शादी करनी है, इस फैसले से तुम मुझे बहुत अच्छे लगे हो, एक चुम्मा दे दो। नहीं, अंदर बंदा ना उड़िया भाई, मां खुला पूरा ही, एक चुम्मा दे दे, तेरा की जाना चाचा जी, उन्हें पूरा तोड़े मुंह ही तोड़ जाना। अंकल हम ये शादी पाकिस्तान में करेंगे। क्यों? क्योंकि उसे टेंट आले साढ़े वाक। समझो बाहर अंग्रेज आए ने। अच्छा बेटा जी, हमें ये बताओ कि कोई खाने पीने का अरेंज कितने बंदों का? बंदे खेड़े अंकल, एक ताड़े को बंदा खलोता नाल चुई है। नहीं, क्या खाओगे बेटा शौक से? अंकल मैं स्लाइस दो आमलेट। अच्छा इस तरह करो, माचिस दी दो तीलियां रोस्ट करके ना हल्का मसाला ला के कान कान च दियो। ओके ओके। अंकल का खाना
ਹੌਦੀ ਜੀ ਲਾ ਦੇਣਾ ਚਲ ਉਹ ਤੂੰ ਮੇਰੇ ਹੀ ਮਗਰ ਪੈ ਗਿਆ ਹੁੰਦਾ ਲਿਸਨ ਪਾਪਾ ਲਸਣ ਨਹੀਂ ਲਸਣ ਵਿੱਚ ਪਾਉਣਾ ਨਹੀਂ ਅਸੀਂ ਅਦਰਕ ਪਾਉਣਾ ਲਸਣ ਲਿਸਨ ਲਿਸਨ ਪਾਪਾ ਮੇਰੇ ਹੋਰ ਵੀ ਫ੍ਰੈਂਡਸ ਆ ਰਹੇ ਆ ਖਾਣੇ ਦਾ ਬੰਦੋਬਸਤ ਕਰੇ ਹਮਨੇ ਅਪੇ ਡਿਸਕੋ ਪਰ ਰੱਖੇ ਹੋ ਅੰਦਰ ਜਾ ਕੇ ਨਾ ਜਰਾ ਪਿਛਲਾ ਕਮਰਾ ਫਿਰ ਤੁਰ ਕੇ ਪਧਰਾ ਕਰੋ ਚਲੋ ਡਾਰਲਿੰਗ ਓਕੇ ਯਾ जनाब रोई आंदे पठान दा गां क्यों नहीं दसते हीरो हड़ताल भी करा वैसे ये ज्यादत की बोले ना उन्हें भोले नू दसा मैनू गुस्सा ही बड़ा रोन डे बेचारा चौं चौं करदा गया तेनू बड़ा मान सी ना अपने दोस्तां ते मेरे बेलिए दे बारे कोई गल ना करी ओए लंदन गए ने मेरी बुड्ढी नूं मनाण लई कि मैं ब्याह तू उहदे घर उहनां ने फिर अपने लई मना ली जो चाहिए दसना हर मैदान थोड़े सिर भी लवा देंगे बाह भी लवा देंगे मेरी गल सुनो सची मुची ब्याह कर लैके आ रहे मैं बस कर रो ना जिते सट लगी तू भा रख मैं जो सवेरे संडे की पूछल कान लाई उदो फोन आया नीले साबे वाला कंजरां दा मुंडा की बगैरती है यार मार निकलो परे हो मैं तुम इतो भेजा ही जब तुम मेरी बुढ़ी मना के लिया उसे जाके अपन गल बात कर रही बंदा हो खुश करना साडा काम आ जो असीं इंतजाम कर गए तू साडे नाल चल अंदर आ तैनूं मैं तैयार करा उठ चला तैनूं तैयार करा ये कोई नवी गल है हमेशा तू ही तैयार कीता बहुत अच्छे यानी सारे पिंड च पता लग गया कि बबर शेर वापस आ गया हमने फ्लैट तो लथे हैं
हाँ जी ऐसी पलाई करके थे आए हैं। मुझे बड़ी खुशी हुई पता चला तुम आ गए हो तो मैं फौरन वीजा वाली जॉब छोड़ के भाग गया। वो आ गए हो जलेबियां फड़न वाले चूंटे। अल्लाह जानदा 6 महीने उथे रहे हैं ना तेनू बिलकुल नहीं याद किया। मेरे लिए गरगेज नहीं घेर ली उसे चवड़े नहीं वो गरगेज नहीं ना मैं ब्याह करा तेरा करा देंगे। गरगेज नहीं बड़ी टेक्निकल होंगी मैं केबल से वेखे तेरे वास्ते उसे तोहफे लैके आए हैं। अच्छा तेन दिखावे चोरी वे तो बड़ी मशहूर औरत है। आ सवेरे मैं सीढ़ी लैन गया मैं दुकानदार ने बड़िया मावा भैन दिन गाल कड़ी वजह मैं कहते दफा हो जा किसी स्याने भेज। जाहिर लिया बचिया वो तो सीढ़िया काम ही नहीं करते टीवी ते आउंदी टीवी ते आउंदी इन्हू मप्पा जो हजार दिता हले उंज आ जाना। मैनू पता तू आप अपनिया बेच के आया मेहमान नाल नहीं बदतमीजी करी दी क्यों लिया बना ली फिल्म। अच्छा फिल्मा च मेरा एक सवाल है मैं क्या सी कोई फिल्मी औरत मिलेगी तो उन्होंने करा ये मैं क्या एक गलत दस फिल्मा च जो शबकत चीमा तुम चौके लैके जाता पैसे पुआ भी दिता या मैं मुफ्त बड़ी लाई एकड़ा सवाल है मैं क्या जिस तुम बारिश आला गाणिया कर दी तुम कुछ हों सी तो मरण आए हो तलाक होंगी इद्दत पूरी कर कब्रस्तान जाके ना कई फड़ के कबर पुटन दे मैं ये की कर रहे हैं यार मैं आजादी का देना इन्हों भी आजाद प्यो मर गया अम्मी ते उस तुम 2 साल बाद की गल है। अच्छा प्यो मर गया दफनाउन दे अच्छा। मिट्टी पाउन लगे तो कहते मिट्टी ना पाउना दमे का मरीज सी मेला वेखण गया उसे ना शब्द ची मारा एक औरत की इज्जत लुटन दिया कभी उन्होंने इधर चौके सुटन दिया कभी इधर सुटन दिया यह बगैर तो सीट से बैठा रोई जाए मैं तेन क्यों होगा साढ़े घर की कहानी इन्हें एक घोड़ा पालिया मरियल जिया घोड़ा पालिया तो बेचन चला गया और एक बंद ने कहा जी किन्ने घोड़े से बैठ गया 25,000 रुपया वो कहना जी घोड़े से 2 पैर से वाहो इन्हें घोड़े ने इंज किया तो घोड़ा डिग पाया आपको कच्चा नहीं होया कहना चार ही वेखो रोटियां लाया कि थले इन्हें की चलाकी की अंदरों दूर भी लिया गई नेड़े करके घर च कुत्ती रखी कुत्ती घरों दौड़ गई 3 दिन बाद कुत्ती वापस आ गए पैर चट लई कुत्ती नूं कह लिया
मेरे अगे हूँ सची ना हो तो मैं क्या तेरे गल दबी जाए फिर आ जाए बिजली सी एक दिन प्यो गया सड़क खड़ोता अपने आप पूछे अब्बा खंबे अब्बे च की फर्क होंगे उनका रहन दे ठहर जा फिर आंदा ए खंबे च अब्बे च की फर्क होंगे उनका ठहर जा फिर पूछता ए खंबे च अब्बे च की फर्क है उन्हें कहा पुत्र खंबे के उत्तो बिजली लंघती है अब्बे के थल्ले लंघती है रोजा रख लिया रोजा कितने बहुत ज्यादा ही लगे शाम चार बजे उठते वेख के कहना अच्छा भी रोजे अज तो बाद इस मूह तरसेगा शादी बच्ची ने बिलकुल शादी नहीं करा शादी होगी अंकल भोले मतलब सियाने सच कहें औरत हुंदी बेवफा है इसे वास्ते मैं औरतों के इतमाद नहीं करता अज तेरा दिल टूटा तो तेन समझ आई ना के दिल टूटे तेन जिंदा ही बड़िया ने एवं क्या मस्जिद ढा दे मंदिर ढा दे और जो कुछ कहते ढा दे पर बंदे का दिल ना ढावी रब रहा तू रब नाज करके टुर गई है चलो बेटा चलो सॉरी करो बोले से सॉरी करो बेटा बोलता है कह देता है बोला इन्होंने बात क्यों तो मेरी आंखें खुल गई ये तेरी आंखें खुल गई ना अज तू बाद भोला तेरे